الله أكبر. الله أكبر. الله أكبر. الله أكبر. الله أكبر. أشهد أن لا إله إلا الله. أشهد أن لا إله إلا الله. أشهد أن لا إله إلا الله. محمد رسول الله صلى الله عليه وسلم. أشهد أن وحده لا شريك له. محمد رسول الله. حي على الصلاة. لا حول ولا قوة إلا بالله. لا حول ولا قوة. إلا بالله. الله أكبر. الله أكبر. الله أكبر. الله أكبر. لا إله إلا الله. صل على محمد على إبراهيم وعلى آل إبراهيم. بارك على محمد وعلى آل محمد على إبراهيم وعلى رب هذا الدعوات محمد الوسيلة والفضيلة وبس مقاما محمودا الذي وعدته. الحمد لله رب العالمين الرحمن الرحيم مالك يوم الدين والصلاة والسلام على سيدنا ونبينا ومولانا محمد وآله وأصحابه أجمعين. أما بعد فأعوذ بالله من الشيطان الرجيم. بسم الله الرحمن الرحيم. ومن يتق الله يجعل له مخرجا ويرزقه من حيث لا يحتسب ومن يتوكل على الله فهو حسبه ان الله بالغ امره قد جعل الله لكل شيء قدرا. واجب الاحترام سامعین کرام، قرآن مجید دے 28ویں پارا سورہ طلاق جی دو آیتاں میں تواڈے سامنے پڑھیاں. قرآن مجید دی آیات کریمہ ایسیاں جامع اور اعلیٰ کہ حضرت ابو ذر غفاری رضی اللہ عنہ فرماؤں دے بے اگر لوگ صرف اس آیت تے عمل کر لیں تے سارے مسئلے انہوں دے حل ہو جان. تو اس آیت کریمہ دے سمجھن تو پہلا اس گل نوں سمجھنا ضروری ہے کہ دنیا چ ہر بندہ جڑا آزاد رہنا چاہوندا لبرل، کوئی قید نہ آوے، کوئی پابندی نہ آوے، من مانی کراں. حالانکہ میرے بزرگو عزیز و دوستو، کسے شاید کا جڑا وجود اور قیام ہے وہ صرف پابندی نہ، آزادی موت ہے. آزادی کوئی شے نہیں، بکھر گئی کوئی شے فنا. جب تک وہ کسے آئین دی پابند ہے، جکڑی ہوئی ہے،
ਉਹਨਾਂ ਜਿਹੜੀ ਸ਼ਾਇ ਇਹ ਮੇਜ਼ ਜਿਹੜਾ ਮੇਖਾਂ ਨਾਲ ਠੋਕਿਆ ਮਿਣਿਆ ਤੋਲਿਆ ਬਈ ਇੰਨਾ ਲੰਬਾ ਇੰਨਾ ਚੌੜਾ ਕੁਛ ਕੈਦਾਂ ਪਾਬੰਦੀਆਂ ਜਿਹੜੀਆਂ ਇੱਥੇ ਲੱਗੀਆਂ ਦਿੱਤਾ ਅਤੇ ਇਹਦੀ ਸ਼ਕਲ ਮੇਜ਼ ਦੀ ਬਣੀ ਹੈ। ਕਿਤਾਬ ਵੀ ਹੈ ਵੀ ਸਤਰਾ ਹਰਫ ਆ ਫਿਰ ਜਿਲਦ ਆ ਪਾਬੰਦੀ ਦਾ ਨਾਂ ਸ਼ਾਇ ਗੁਰਦਸਤਾ ਕੀ ਹੈ ਅਤੇ ਫੁੱਲ ਲੈ ਕੇ ਉਹਨਾਂ ਨੂੰ ਖਾਸ ਤਰਤੀਬ ਨਾਲ ਜੋੜਿਆ ਗਿਆ ਗੁਰਦਸਤਾ ਖਿਲ ਰਹੇ ਹੁਣ ਗੁਰਦਸਤਾ ਕੌਣ ਆਉਂਦਾ ਬਾਤ ਨੇ ਹਰ ਸ਼ਾਇਦ ਆ ਇੰਨੇ ਕਵੀ ਤੂੰ ਅਸੀਂ ਕੁਵਤ ਚਿਰਾ ਗਾਫਿਰ ਰੱਖ ਅਲਾਮਾ ਇਕਬਾਲ ਬਣਾਉਂਦਾ ਸੋਚ ਵੀ ਸ਼ਾਇਦ ਕਹਿੰਦੇ ਕਿਉਂ ਘੜੀ ਲੈ ਲਓ ਮੇਲ ਲੈ ਲਓ ਜਿਹੜੀ ਸ਼ਾਇਦ ਇਮਾਰਤ ਜਿਹੜੀ ਸ਼ਾਇਦ ਵੇਖੋਗੇ ਪਾਬੰਦ ਹੈ ਕਿ ਇੰਨੀ ਲੰਬੀ ਹੋਵੇ ਇੰਨੀ ਚੌੜੀ ਆਹ ਰੰਗ ਹੋਵੇ ਆਹ ਡਿਜ਼ਾਇਨ ਹੋਵੇ ਬੇਕੈਦ ਸ਼ਾਇਦ ਹੀ ਕੋਈ ਹੁੰਦੀ ਇਹ ਮੌਤ ਔਰ ਹਲਾਕਤ ਹੈ ਕਿ ਉਸ ਸ਼ਾਇਦ ਨੂੰ ਖਿਲਾਰ ਜੋ ਕੋਈ ਜ਼ਾਬਤਾ ਨਹੀਂ ਇਹ ਹਲਾਕਤ ਹੈ। ਇਸ ਤਰ੍ਹਾਂ ਦੇ ਦੁਨੀਆਂ ਨੇ ਜਿੰਨੀਆਂ ਮਰਜ਼ੀ ਸ਼ਾਇਆਂ ਵੇਖ ਲਾ ਬਾਤ ਨੇ ਹਰ ਸ਼ਾਇਦ ਆਈ ਨੇ ਕਵੀ ਹਰ ਸ਼ਾਇਦ ਜਿਹੜਾ ਹੈ ਉਹਦੇ ਲਈ ਇੱਕ ਆਈਨ ਆ ਜ਼ਾਬਤਾ ਹੈ ਅਸੂਲ ਹੈ ਜਿਹੜੇ ਤਹਿਤ ਬਣਦੀ ਫੇਰਾਂ ਨੇ ਉਹ ਫਲਾਨੀ ਸ਼ਾਇਦ ਬਣ ਗਈ ਹੈਂ ਤਾਂ ਇਹ ਮੁਸਲਮਾਨ ਤੂੰ ਇਸ ਕੁਵਤ ਤੋਂ ਕਿਉਂ ਗਾਫਰ ਰਹਿੰਦੀ ਜਦੋਂ ਹਰ ਸ਼ਾਇਦ ਇਸੇ ਪਰੋਂ ਹੀ ਰਹਿੰਦੀ ਮਜ਼ਬੂਤ ਹੈ ਕਾਇਨ ਹੈ ਕਿਉਂ ਇੱਕ ਆਈਨ ਦੀ ਪਾਬੰਦ ਕਾਰ 'ਚ ਤੁਸੀਂ ਜਾ ਰਹੇ ਭੁਰਦੇ ਸਾਰੇ ਖਿਲਰ ਖੁਲਰ ਜਾਣ ਢਿੱਲੇ ਹੋ ਜਾਣ ਬਸ ਫਨਾ ਹੋ ਗਿਆ ਤੂੰ ਜਿਨ੍ਹਾਂ 'ਚ ਕੱਸੇ ਆ ਹਰ ਪੁਰਜ਼ਾ ਆਪਣੀ ਜਾਤ ਅਤੇ ਉਹਨਾਂ 'ਚ ਨਹੀਂ ਕਹਿੰਦੇ ਗੱਡੀ ਠੀਕ ਚੱਲ ਰਹੀ ਇਸ ਤੋਂ ਇੱਕ ਇੰਤਹਾ ਦਰਜੇ ਦੀ ਹਮਾਕਤ ਔਰ ਬੇਵਕੂਫੀ ਹੈ ਵੀ ਆਜ਼ਾਦ ਹੋਣਾ ਚਾਹੀਦਾ ਜੋ ਜੀ ਚਾਹੇ ਕਰੇ ਇਹ ਬਰਬਾਦੀ ਹੈ ਪਾਬੰਦੀ ਔਰ ਇਸ ਪਾਬੰਦੀ ਵਾਸਤੇ ਜਿਹੜੀ ਮਿਹਨਤ ਕਰਨੀ ਪੈਂਦੀ ਉਹਨੂੰ ਕਿਹਾ ਜਾਂਦਾ ਰਿਆਜ਼ਤ ਤੁਸੀਂ ਸੁਣਿਆ ਕਿ ਇਸ ਕੰਮ ਲਈ ਰਿਆਜ਼ਤ ਕਰੋ ਰਿਆਜ਼ਤ ਕਿਆ ਤੋਂ ਨਿਕਲਿਆ ਰਾਜ਼ ਯਰੂਜ਼ ਰਿਆਜ਼ਤ ਘੋੜੇ ਨੂੰ ਜਦੋਂ ਟ੍ਰੇਨ ਕਰੀਦਾ ਉਹਨੂੰ ਲਗਾਮ ਦੇ ਕੇ ਸਿੱਧਾ ਚਲਾਈਦਾ ਨਾ ਜਾਣ ਦੇਈਦਾ ਨਾ ਪਹਿਲਾਂ ਅੜੀਆਂ ਉੜੀਆਂ ਕਰਦਾ ਜਦੋਂ ਐਨ ਸਿੱਧਾ ਕਰ ਦੇਈਦਾ ਨਾ ਉਹਨੂੰ ਫਿਰ ਕਹੀ ਜਾਂਦਾ ਕਿ ਉਸ ਘੋੜੇ 'ਤੇ ਰਿਆਜ਼ਤ ਕੀਤੀ ਗਈ ਮਿਹਨਤ ਕਰਕੇ ਉਹਨੂੰ ਐਨ ਚਾਲੂ ਕੀਤਾ ਵੀ ਤੂੰ ਨਾ ਐਨੂੰ ਜਾਣਾ ਤੈਨਾ ਐਨੂੰ ਜਾਣਾ ਐਂ ਚੱਲਣਾ ਹੀ ਸਿੱਧਾ ਹਾਂ ਬੰਨੀਦਾ ਔਰ ਇਹਦੇ ਬਾਰੇ ਜੀ ਮੌਲੀ ਰਹਿਮਤ ਸੂਰ ਰਹਿਮਤੁਲਾ ਅਲੈਹ ਫਰਮਾਉਂਦੇ ਵਿੱਚ ਰਿਆਜ਼ਤ ਬੰਦੀ ਖਾਨੇ ਕੈਦ ਨਾ ਪਵੇ ਜਦਾਈ ਇਹ ਕੁਦਰਤ ਦਿਲ 'ਚ ਤੇਰੇ ਹਰ ਗਿਰ ਜਾਵੇ ਨਾ ਜਿੰਨਾ ਚਿਰ ਰਿਆਜ਼ਤ ਨਾ ਕਰੇਗਾ ਆਪਣੇ ਆਪ ਨੂੰ ਇੱਕ ਮਸ਼ਕ ਚੋਂ ਦੀ ਨਾ ਗੁਜ਼ਾਰੇਗਾ ਘੋੜੇ ਦੀ ਤਰ੍ਹਾਂ ਸਿੱਧਾ ਨਹੀਂ ਕਰੇਗਾ ਉਹਨਾਂ 'ਚ ਦਿਲ ਦੀ ਕਦੂਰਤ ਜਾਂਦੀ ਇਹ ਰੋਗ ਨਹੀਂ ਮਿਟਣੇ ਤੂੰ ਐਮ ਐਸ ਸੀ ਕਰਦਾ ਦਾਨਸ਼ਵਰ ਬਣਦਾ ਦੁਨੀਆ ਜਾਣਦਾ ਲਾਮਾ ਬਣਦਾ ਬੇਈਮਾਨੀ ਔਰ ਕਰਪਸ਼ਨ ਨਹੀਂ ਜਾਣੀ ਸਗੋਂ ਜ਼ਿਆਦਾ ਜ਼ਰਾਰਾਂ ਤੈਨੂੰ ਹੇਰਾ ਫੇਰੀਆਂ ਆ ਜਾਣੀਆਂ ਬਈ ਇੱਦਾਂ ਲੁੱਟੋ ਪਰਦਾ ਵੀ ਐਪ 'ਚ ਪਾ ਲਓ ਆਪਣੇ ਜਰਾਇਮ ਛੁਪਾਉਣ ਦੇ ਤਰੀਕੇ ਆ ਜਾਣੇ ਤੈਨੂੰ ਇਲਮ ਨਾ ਇਨਸਾਨ ਨਹੀਂ ਤੂੰ ਬਣਨਾ ਵਿੱਚ ਰਿਆਜ਼ਤ ਬੰਦੀ ਖਾਨੇ ਕੈਦ ਨਾ ਪਵੇਂ ਜਦਾਈ ਇਹ ਕਦੂਰਤ ਦਿਲ ਥੀ ਤੇਰੇ ਹਰ ਗਿਰ ਜਾਵੇ ਨਾ ਇਸ ਤੋਂ ਦੀਨ ਕੀ ਹੈ ਅਲਾਮਾ ਇਕਬਾਲ ਰਹਿਮਤੁਲਾ ਅਲੈਹ ਫਰਮਾਇਆ ਤੂੰ ਗਿਰਾ ਕਰਨਾ ਕਿ ਦੀਨ 'ਚ ਇੰਨੀਆਂ ਪਾਬੰਦੀਆਂ ਕਿਉਂ ਸ਼ਿਕਵਾ ਸੰਜੇ ਸਖਤੀ ਹੈ ਆਈ ਮਸ਼ੋ ਆਈਨ ਦੀ ਸਖਤੀ ਦੇ ਗਿਲੇ ਨਾ ਕਰ ਕਿ ਦੀਨ 'ਚ ਇੰਨੀਆਂ ਸਖਤੀਆਂ ਕਿਉਂ ਇਹ ਜ਼ਿੰਦਗੀ ਹੈ ਤੇਰੀ ਇਹਨਾਂ ਨਾਲ ਹੀ ਬੱਚਿਆ ਫਿਰਦਾ ਅਗਰ ਢਿੱਲੇ ਕਰਦੇ ਨਾਲੇ ਪੁਰਜ਼ੇ ਮੈਂ ਉਹਦਾ ਕਰ ਲੁੱਟਣਾ ਮੇਰੀ ਬੀਵੀ ਛੀਨ ਕੇ ਲੈ ਜਾ ਕੀ ਅੰਦੇਰ ਪੈ ਜੂਗਾ ਜ਼ਾਬਤਾ ਔਰ ਆਈਨ ਹੀ ਦੁਨੀਆ ਦੀ ਹਿਫਾਜ਼ਤ ਹੈ ਇਸ ਪਰੋਂ ਆਉਂਦੇ ਅੱਜ ਹਦੂਦ ਮੁਸਤਫਾ ਬੇਰੂ ਮਰੋ ਬੰਦੇ ਖੁਦਾ ਦੇ ਰਸੂਲ ਅੱਲਾ ਨੇ ਜਿਹੜੀਆਂ ਹੱਦਾਂ ਲਗਾ ਦਿੱਤੀਆਂ ਉਹ ਤੋਂ ਬਾਹਰ ਨਾ ਹੋ ਇਹਦੇ 'ਚ ਅੱਲਾ ਦਾ ਰਸੂਲ ਦਾ ਕੋਈ ਫਾਇਦਾ ਨਹੀਂ ਫਲੇ ਅਨਫੁਸਿਕ ਅੱਲਾ ਆਉਂਦਾ ਭਲਾਈ ਕਰੋ ਤੁਹਾਡਾ ਆਪਣਾ ਫਾਇਦਾ ਬਚ ਕੇ ਰਹੋਗੇ ਕਾਰ ਅਗਰ ਕੱਸੀ ਹੈ ਪੁਰਜ਼ੇ ਹਰ ਜਗ੍ਹਾ ਆਪਣੇ ਠੀਕ ਹੈ ਤਾਂ ਫਾਇਦਾ ਹੀ ਹੈ ਨਾ ਵੀ ਚੱਲ ਰਹੀ ਹੈ ਜ਼ਰਾ ਕੋਈ ਚੀਜ਼ ਢਿੱਲੀ ਹੋਈ ਪਹੀਆ ਖੁੱਲ ਗਿਆ ਉਹਨੂੰ ਚਲਾ ਗਿਆ ਆਜ਼ਾਦੀ ਤਾਂ ਹੋ ਗਈ ਮਗਰ ਮਰ ਗਿਆ ਫਿਰ ਹੈਂ ਇਸ ਤੋਂ ਅਹਿਮ ਲੋਕ ਇਹ ਕਹਿੰਦੇ ਆ ਕਿ ਬਿਲਕੁਲ ਕੋਈ ਕੈਦ ਨਹੀਂ ਹੋਣੀ ਚਾਹੀਦੀ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ ਬਿਲਕੁਲ ਪਾਬੰਦ ਹੋਣਾ ਚਾਹੀਦਾ ਬਾਕੀ ਉਹ ਪਾਬੰਦੀਆਂ ਕੌਣ ਲਾਵੇ ਮਸਲਾ ਸਿਰਫ ਇਹ ਹੈ ਪਾਬੰਦੀਆਂ ਜਦੋਂ ਲੋਕ ਆਪ ਲਾਉਂਦੇ ਆ ਜਾਂ ਕੋਈ ਦੂਸਰਾ ਲਾਉਂਦਾ ਉਹ ਸਾਰੇ ਆਪ ਸਮਝੋ ਅੰਧੇ ਹੁੰਦੇ ਨਾਬੀ ਮੇ ਰਹਿਬਰ ਆ ਜਿਹਨਾਂ ਨੂੰ ਆਪਣੀਆਂ ਅੱਖਾਂ ਨਹੀਂ ਅੰਨੇ ਦੇ ਪਿੱਛੇ ਚੱਲਣ ਵਾਲੇ ਨੇ ਫਿਰ ਜਿੱਥੇ ਉਹਨੇ ਖੋਜ ਡਿੱਗਣਾ ਇਹਨਾਂ ਵੀ ਡੱਕੇ ਮਰ ਜਾਣਾ ਇਹ ਇਨਸਾਨ ਨਾਬੀ ਮੇ ਰਹਿਬਰ ਹੈ ਭਾਵੇਂ ਪੜ੍ਹੇ ਲਿਖੇ ਉਹਨੇ ਨਹੀਂ ਇਨਸਾਨ ਦੇ ਵਾਸਤੇ ਕੋਈ ਸੋਚ ਸਕਦੇ ਵੀ ਕਿਹਦੇ 'ਚ ਇਹਦਾ ਨਫਾ ਔਰ ਕਿਹਦਾ ਨੁਕਸਾਨ ਇਹ ਬਣਾਉਣ ਵਾਲਾ ਜਿਵੇਂ ਕਾਰ ਦੇ ਬਣਾਉਣ ਵਾਲਾ ਘੜੀ ਦੇ ਬਣਾਉਣ ਵਾਲਾ ਜਾਣਦਾ ਵੀ ਕਿਹੜਾ ਪੁਰਜ਼ਾ ਕਿੱਦਾਂ ਉਹਨੇ ਕੰਮ ਕਰਨਾ ਅਤੇ ਕਿਸ ਤਰ੍ਹਾਂ ਰੱਖਣਾ ਉਹਨੂੰ ਇੱਦਾਂ ਹੀ ਖਾਲਕ ਜਾਣਦਾ ਰੱਬ ਜਾਣਦਾ ਕਿ ਇਨਸਾਨ ਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਇਨਸਾਨ ਪਾਬੰਦੀ ਲਾਵੇ ਤਾਂ ਇਹ ਗੁਲਾਮੀ ਹੈ ਇਹ ਠੀਕ ਹੈ ਤੋ ਆਜ਼ਾਦੀ ਹੋਣੀ ਚਾਹੀਦੀ ਬੰਦਾ ਬੰਦੇ ਕੋਲ ਆਪਣਾ ਹੁਕਮ ਕਿਉਂ ਮਨਾਵੇ ਤੂੰ ਹੀ ਮੇਰੀ ਤਰ੍ਹਾਂ ਦਾ ਖੁਦਾ ਦਾ ਕਾਜ ਬਣਨਾ ਮੇਰੇ 'ਤੇ ਕਿਉਂ ਹੁਕਮ ਕਰ ਚਲਾਇਆ ਤੂੰ ਮਗਰ ਬੇਕਾਇਦੀ ਜਿਹੜੀ ਹੈ ਕਿ ਕੋਈ ਪਾਬੰਦੀ ਨਾ ਹੋਵੇ ਇਹ ਕੋਈ ਸ਼ਾਇਦ ਨਹੀਂ ਇਹ ਹੁਣੇ ਐਸਾ ਮਰਦੀਆਂ ਇੱਟਾਂ ਖਿਲਾਰ ਚੇਂਦੇ ਹਨ ਬੇਕਾਇਦ ਕਰਤਾ ਜਾ ਸੀਮਿੰਟ ਤੋੜ 'ਤੇ ਜਾਣ ਬਈ ਦੋ ਖੁੱਲ੍ਹ ਦੋ ਮਰ ਜਾਣਾ ਸਾਰਿਆਂ ਥੱਲੇ ਆ ਕੇ ਇਸ ਲਿਬਰਲਿਜ਼ਮ ਦਾ ਰਾਜਾ ਦੀ ਕੀ ਫਾਇਦਾ ਹਰ ਇੱਟ ਆਪਣੀ ਜਾਤ ਦਾ ਵਿਆਹ ਜਕੜੀ ਹੈ ਬੰਨੀ ਹੈ ਇਹ ਪਾਬੰਦੀ ਔਰ ਕੈਦ ਹੀ ਜਿਹੜੀ ਨੇ ਇਮਾਰਤ ਨੂੰ ਬਚਾਇਆ ਇਸ ਤੋਂ ਕੈਦ ਨੂੰ ਨਾ ਬੁਰਾ ਜਾਵੋ ਹਦੂਦੁੱਲਾ ਬਿਲਕੁਲ ਅੱਲਾ ਨੇ ਹੱਦਾਂ ਲਗਾ ਦਿੱਤੀਆਂ ਮਗਰ ਉਹ ਹੱਦਾਂ ਅੱਲਾ ਲਗਾਵੇ
ਜਿਹੜਾ ਸਾਰੇ ਦੁਨੀਆਂ ਦਾ ਪੈਦਾ ਕਰਨ ਵਾਲਾ, ਜਾਣਦਾ ਕਿ ਇਹਦੇ 'ਚ ਇਨਸਾਨ ਦੀ ਭਲਾਈ, ਦੂਜੇ ਇਨਸਾਨ ਦੇ ਕਰਨਗੇ ਗਲਤ ਕਰਨਗੇ, ਨੇਕ ਨੀਤੀ ਨਾਲ ਕਰਨਗੇ ਨਹੀਂ ਠੀਕ ਹੋਊ। ਨਮੂਨੇ ਦੇ ਤੌਰ ਤੁਸੀਂ ਸਿਰਫ ਇੱਕ ਗੱਲ ਸੁਣੋ, ਵੀ ਬੜੇ ਬੜੇ ਨੇਕ ਔਰ ਅੱਛੇ ਲੋਕਾਂ ਨੇ ਸੋਚਿਆ ਵੀ ਇਨਸਾਨ ਜਿਹੜਾ ਇਹਦੇ 'ਚ ਦੋਸ਼ ਹੈ ਜਿਹੜੀਆਂ, ਇਹਨਾਂ ਨੇ ਇਹਨੂੰ ਖਰਾਬ ਕੀਤਾ। ਬੜੇ ਉਹ ਰਾਹਿਬ ਹੋਏ, ਦਰਵੇਸ਼ ਹੋਏ, ਦੁਨੀਆ ਛੱਡ ਦਿੱਤੀ ਔਰ ਕਿਸੇ ਬੁਰੀ ਨੀਅਤ ਨਾਲ ਨਹੀਂ। ਰਾਹਿਬ ਦਾ, ਰਾਹਿਬ ਦਾ ਮਾਣਾ ਹੀ ਹੈ ਕਿ ਅੱਲਾਹ ਦੇ ਖੌਫ ਤੋਂ ਬਹੁਤ ਡਰ ਗਏ। ਉਹਨਾਂ ਨੇ ਆਖਿਆ ਹਰ ਉਸ ਸ਼ਾਇਦ ਅਸੀਂ ਦੌੜ ਜਾਣਾ ਜਿਹੜੀ ਯਾਰ ਰੱਬ ਤੋਂ ਦੂਰ ਕਰੇ। ਦੋ ਚੀਜ਼ਾਂ ਉਹਨਾਂ ਲੱਭੀਆਂ ਵੀ ਸਾਰੀਆਂ ਚੀਜ਼ਾਂ ਦਾ ਸ਼ਜਰਾ ਨਸਬ ਤਲਾਸ਼ ਕਰੀਏ ਨਾ, ਜਿੰਨੇ ਕੰਮ ਇਨਸਾਨ ਕਰਦਾ ਅਖੀਰ ਦੋ ਸ਼ਾਇਆਂ ਲੱਭਦੀਆਂ ਜਿੱਥੋਂ ਇਹ ਸਾਰੀਆਂ ਚੀਜ਼ਾਂ ਪੈਦਾ ਹੋਣ। ਬਾਕੀ ਸਾਰੇ ਇਹਦੀ ਤਸ਼ਰੀਹ ਹੈ, ਤਫਸੀਲ ਹੈ, ਜੜ੍ਹਾਂ ਤੋਂ। ਇੱਕ, ਖੁਦ ਆਪਣੇ ਆਪ ਨੂੰ ਜ਼ਿੰਦਾ ਰੱਖਣਾ, ਖਾਣਾ ਪੀਣਾ ਇਹ ਚੀਜ਼ਾਂ ਜਿਹੜੀਆਂ ਨਫਸ ਨੂੰ ਜ਼ਿੰਦਾ ਰੱਖਣਾ, ਜ਼ਾਤ ਖੁਦ ਇਨਸਾਨ ਬਚਿਆ ਰਹਿੰਦਾ। ਦੂਸਰਾ ਨੌ, ਨਸਲ ਕਾਇਮ ਰਹਿੰਦੀ ਹੈ, ਨਿਕਾਹ ਜਾਂ ਜਮਾ, ਇਹ ਦੋ ਸ਼ਾਇਆਂ, ਖਾਣਾ ਪੀਣਾ ਜਿਹੜਾ ਖੁਦ ਇਨਸਾਨ ਨੂੰ ਆਪ ਬਚਾਉਂਦਾ, ਇਹ ਕਰਦਾ ਤਾਂ ਜ਼ਿੰਦਾ ਰਹਿੰਦਾ, ਇਹ ਬਕਾਏ ਨਫਸ ਹੈ ਅਤੇ ਇਨਸਾਨ ਖੁਦ ਆਪ ਨਫਸ। ਐਵੇਂ ਕਿਸੇ ਗਾਲੀ ਦਾ ਨਾਂ ਨਹੀਂ, ਐਵੇਂ ਲੋਕਾਂ ਬਣਾ ਲਿਆ ਨਫਸ, ਜਿਹੜਾ ਨਫਸ ਸੈਲਫ ਨੂੰ ਆਉਂਦੀ ਅੰਗਰੇਜ਼ੀ 'ਚ, ਸੈਲਫ ਆਉਂਦੇ ਆਪਣਾ ਆਪ। ਇਸ ਤੋਂ ਇਨਸਾਨ ਸਾਰਾ ਸਿਰ ਤੋਂ ਪੈਰਾਂ ਤੱਕ ਨਫਸ, ਇੱਕ ਜ਼ਾਤ, ਇੱਕ ਸ਼ੈ ਆ। ਇਹਦਾ ਕੈਮਰਾ ਜ਼ਾਹਿਰ ਹੈ, ਖਾਣ ਪੀਣ 'ਤੇ, ਖਾਵੇ ਪੀਵੇ ਨਾ ਤਾਂ ਬਚ ਹੀ ਨਹੀਂ ਸਕਦਾ, ਮਰ ਜੂ। ਖਾਣਾ ਪੀਣਾ ਮਗੜਿਆਂ ਨੂੰ ਉਹਨਾਂ ਨੇ ਕਟਾਉਣਾ ਸ਼ੁਰੂ ਕੀਤਾ, ਕਈਆਂ ਦੇ ਬਾਰੇ 'ਚ ਇੱਥੋਂ ਤੱਕ ਪੜਿਆ ਵੀ ਉਹਨਾਂ ਨੇ ਇਸ ਗੱਲ ਨੂੰ ਇੱਥੋਂ ਤੱਕ ਵਧਾਇਆ ਵੀ 20-20 ਸਾਲ ਗੁਜ਼ਰ ਗਿਆ ਨਾ ਖਾਧਾ ਨਾ ਪੀਤਾ। ਇਨਸਾਨ ਬੜੀ ਬਲਾ ਹੈ, ਜਦੋਂ ਇਹ ਕਰਨਾ ਚਾਹੇ ਨਾ ਆਪਣੇ ਆਪ ਨੂੰ, ਇਹ ਪਹਾੜਾਂ ਤੋਂ ਵੀ ਜ਼ਿਆਦਾ ਮਜ਼ਬੂਤ। ਇਮਾਮ ਅਬਦੁਲ ਵਾਹਬ ਸ਼ਰਾਨੀ ਨੇ, ਮੈਂ ਖਲੀਫਾ ਤਾਹਿਰ ਨੂੰ ਮਿਲਿਆ ਕੁਰਾਨ ਸ਼ਹਿਰ, 20 ਸਾਲ ਹੋ ਗਏ ਨਾ ਖਾਧਾ ਸੀ ਨਾ ਪੀ। ਅੱਲਾਹ ਦੇ ਰਸੂਲ ਅਲੈਹਿ ਸਲਾਮ ਬਸ ਅਸੀਂ ਪੜ੍ਹਦੇ, ਸੌਵੇਂ ਵਿਸਾਰ ਰੱਖਦੇ, ਨਾ ਰਾਤ ਨੂੰ ਇਫਤਾਰ ਕਰਦੇ, ਨਾ ਸਹਿਰੀ ਖਾਂਦੇ, ਲਗਾਤਾਰ ਕਈ ਕਈ ਦਿਨ ਦੇ ਰੋਜ਼ ਔਰ ਹਜ਼ਰਤ ਅਬਦੁੱਲਾ ਇਬਨ ਜ਼ੁਬੈਰ ਰਜ਼ੀਅੱਲਾਹੁ ਅਨਹ 15 ਦਿਨ ਦਾ ਇਸ ਤਰ੍ਹਾਂ ਰੱਖ ਜਾਂਦੇ ਸੀ, 15 ਦਿਨ, ਨਾ ਸ਼ਾਮ ਨੂੰ ਖੋਲ੍ਹਣਾ ਨਾ ਸਾਰੀ, ਲਗਾਤਾਰ। ਯਾਨੀ ਹੈਗੇ ਉਹ ਵੀ ਇਨਸਾਨ, ਇਹਨਾਂ ਨੇ ਇਹ ਸਮਝਿਆ ਵੀ ਖਾਣ ਪੀਣ ਛੱਡਣਾ ਚਾਹੀਦਾ, ਇਹਨੇ ਸਾਨੂੰ ਮੋਟਿਆਂ ਕੀਤਾ, ਇਹਦੇ ਨਾਲ ਅਸੀਂ ਪਲੇ ਹਾਂ ਅਤੇ ਫਿਰ ਹੋਰ ਚੀਜ਼ਾਂ ਸਾਡੇ 'ਚ ਪੈਦਾ ਹੁੰਦੀਆਂ, ਇਹਦੇ 'ਚ ਕਮੀ ਕਰਨੀ ਜੀ। ਕਿਲਤੇ ਤਾਮ ਜਿਹੜਾ ਨਾ ਖਾਣਾ ਘਟਾਇਆ ਦੇ, ਪਹਿਲਾਂ ਦੇ ਲਜ਼ੀਜ਼ ਸਿਆਂ ਛੱਡੀਆਂ ਨਿਮਤਾਂ ਤੋਂ ਮਹਰੂਮ ਹੋ ਗਏ ਕਿ ਦੁੱਧ ਨਹੀਂ ਪੀਣਾ, ਫਰੂਟ ਨਹੀਂ ਖਾਣੇ। ਇਹ ਤਾਂ ਪਹਿਲੇ ਕਦਮ 'ਤੇ ਕੀਤਾ ਨਾ ਕਿ ਲਜ਼ੀਜ਼ ਚੀਜ਼ਾਂ ਨੂੰ ਛੱਡੋ, ਫਿਰ ਹੌਲੀ ਹੌਲੀ ਲਜ਼ੀਜ਼ ਛੱਡਿਆ, ਦੂਜੀਆਂ ਨੂੰ ਵੀ ਛੱਡਣਾ ਸ਼ੁਰੂ ਕਰ। ਇਹਦਾ ਨਾਂ ਰੱਖ ਲਿਆ ਰਹਿਬਾਨੀਅਤ ਕਿ ਅਸੀਂ ਬਿਲਕੁਲ ਇਹਨਾਂ ਚੀਜ਼ਾਂ ਤੋਂ ਨਫ਼ਰਤ ਕਰ, ਆਪਣੇ ਆਪ ਨੂੰ ਸਿਕਾਉਂਦੇ ਰਹਿ, ਦੁੱਖ ਦਿੰਦੇ ਰਹਿ, ਬੜੀਆਂ ਤਕਲੀਫਾਂ ਹੁੰਦੀਆਂ। ਨੇਕ ਨੀਤੀਆਂ ਕਿ ਨਫਸ ਜਿਹੜਾ ਨਾ ਖਾਣ ਪੀਣ ਦੇ ਚੱਕਰ 'ਚ ਪਾਇਆ, ਇੰਨੀਆਂ ਦੁਕਾਨਾਂ ਖੋਲ੍ਹੀਆਂ, ਉੱਥੇ ਹੋਟਲ ਖੋਲ੍ਹੇ, ਉੱਥੇ ਫਰੂਟ, ਇਹ ਸਾਰਾ ਚੱਕਰ ਖਾਣ ਪੀਣ ਦਾ ਫਜ਼ੂਰ ਛੱਡੋ, ਇਹੋ ਵਕਤ ਜ਼ਿਕਰ 'ਚ ਲਗਾਓ, ਰੋਜ਼ੇ ਰੱਖੋ। ਇਹ ਬਾਹਰ ਮਾੜਾ ਕੰਮ ਨਹੀਂ ਆਪਣੇ ਵੱਲੋਂ ਕੀਤਾ, ਮਗਰ ਇਹ ਹੈ ਖਤਮ ਕਰਦਾ। ਯਾਨੀ ਇਨਸਾਨ ਸੋਚਿਆ ਹੈਗਾ ਕਿ ਇਹ ਕੈਦ ਲਗਾ ਲਈ ਕਿ ਖਾਣ ਪੀਣ ਤੋਂ ਅਵਲ ਤਾਂ ਬਿਲਕੁਲ ਛੱਡ ਦਿਓ, ਜੇ ਨਹੀਂ ਛੁੱਟਦਾ ਨਾ ਤਾਂ ਮਰਗੂਬਾਤ ਜਿਹੜੀਆਂ ਨਾ ਜਿਹਨਾਂ ਨੂੰ ਜੀ ਚਾਹੁੰਦਾ, ਦੁੱਧ ਵਗੈਰਾ, ਫਰੂਟ, ਇਹ ਛੱਡ ਦੇਣੇ ਚਾਹੀਦੇ। ਇਹੋ ਜਿਹਾ ਖਦਰ ਚਲੀ ਰਜ਼ੀ ਦੇ ਜ਼ਮਾਨੇ 'ਚ ਪੈਦਾ ਹੋ ਗਿਆ। ਉਹਦੇ ਭਾਈ ਨੇ ਸ਼ਿਕਾਇਤ ਕੀਤੀ ਕਿ ਮੀਰੁਲ ਮੋਮਿਨ, ਮੇਰੇ ਭਾਈ ਨੇ ਦੁੱਧ ਛੱਡ ਦਿੱਤਾ, ਗੋਸ਼ ਛੱਡ ਦਿੱਤਾ। ਆਪ ਨੇ ਬੁਲਾਇਆ ਉਹਨੂੰ ਔਰ ਬੁਲਾ ਕੇ ਆਖਿਆ, ਭਲਿਆ ਮਾਨਸਾ, ਅੱਲਾਹ ਤਾਲਾ ਇਹ ਨਿਮਤਾਂ ਪੈਦਾ ਕਰਨ ਤੋਂ ਬਾਅਦ ਪਛਤਾਇਆ ਵੀ ਮੈਂ ਆਪਣੇ ਬੰਦਿਆਂ ਲਈ ਕਿਉਂ ਪੈਦਾ ਕਰ ਰਿਹਾ। ਇਹ ਗੱਲ ਸਮਝ ਵਾਲੀ ਜੀ, ਫਰਮਾਇਆ ਇਹ ਪੈਦਾ ਕੀਤੀਆਂ ਅਤੇ ਮੁੜ ਕੇ ਹਲਾਲ ਕੀਤੀਆਂ, ਇਹ ਹੁਕਮ ਵਾਪਸ ਲੈ ਲਿਆ ਹਲਾਲ ਦਾ, ਜਾਂ ਇਹਨਾਂ ਨੂੰ ਪੈਦਾ ਕਰਨ ਤੋਂ ਬਾਅਦ ਸ਼ਰਮਿੰਦਾ ਵੀ ਮੈਂ ਕਿਉਂ ਬਣਾ ਬੈਠਾ। ਉਹਨੇ ਆਖਿਆ ਤੌਬਾ ਤਾਂ, ਫਰਮਾਇਆ ਫਿਰ ਤੂੰ ਕੁਫਰ ਕਰ ਰਿਹਾ, ਕਿ ਅੱਲਾਹ ਤਾਲਾ ਦੀ ਨਿਮਤਾਂ ਦੀ ਨਾ ਸ਼ੁਕਰੀ ਕਰ ਰਿਹਾ, ਅਕਲ ਵਿਆਹ ਆ, ਤੂੰ ਆਪਣੇ ਵੱਲੋਂ ਸੋਚਿਆ ਵੀ ਬੜੀ ਦਰਵੇਸ਼ੀ ਹੈ, ਖੁਦਾ 'ਤੇ ਇਤਰਾਜ਼ ਹੈ ਕਿ ਅੱਲਾਹ ਤਾਲਾ ਨੇ ਇਨਸਾਨ ਖਾਣ ਪੀਣ ਦੀ ਖਾਸ ਕਿਉਂ ਰੱਖੀ। ਯਾਨੀ ਅੱਲਾਹ ਹੋਰ ਤਰ੍ਹਾਂ ਸੋਚਦਾ, ਬੰਦੇ ਜਿੰਨਾ ਮਰਜ਼ੀ ਸੋਚਣ ਹੋਰ। ਉਸ ਆਖਿਆ ਮੀਰੁਲ ਮੋਮਿਨ, ਇਹ ਗੱਲ ਹੈ ਕਿ ਤੂੰ ਕਿਉਂ ਪਾਈ ਫੜਨਾ ਕੱਪੜੇ, ਇਹ ਪੈਬੰਦ ਲੱਗੇ ਆ, ਜੌਂ ਫੱਕਦਾ ਉਹਦਾ ਆਟਾ, ਤੂੰ ਕਿਉਂ ਨਹੀਂ ਖਾਂਦਾ? ਆਪਣੇ ਫਰਮਾਇਆ, ਇੱਥੋਂ ਤੈਨੂੰ ਮੁਕਾਲਤਾ, ਤੈਨੂੰ ਅਕਲ ਹੋਣੀ ਚਾਹੀਦੀ ਸੀ, ਬੈਲੀ ਤੇਰੀ ਤਰ੍ਹਾਂ ਦਾ ਇੱਕ ਆਮ ਰਈਅਤ ਦਾ ਆਦਮੀ ਨਹੀਂ, ਅਗਰ ਮੈਂ ਵੀ ਤੇਰੀ ਤਰ੍ਹਾਂ ਹੁੰਦਾ ਖਾਂਦਾ, ਰੱਬ ਦੀਆਂ ਨਿਮਤਾਂ ਖਾਣੀਆਂ ਸੀ, ਕਿਉਂ ਨਹੀਂ ਖਾਣੀ? ਮਗਰ ਮੈਂ ਇਮਾਮ ਹੈ, ਉਮਤ ਦਾ ਸਰਬਰਾਹ ਹੈ, ਖਲੀਫਾ ਹੈ, ਮੈਂ ਅਗਰ ਇਸ ਤਰ੍ਹਾਂ ਦੀ ਜ਼ਿੰਦਗੀ ਐਸ਼ ਦੀ ਗੁਜ਼ਾਰਾਂ ਤਾਂ ਮੈਨੂੰ ਕੀ ਪਤਾ ਲੱਗੂਗਾ ਮੇਰੀ ਰਿਆਇਤ ਆਮ ਬੰਦੇ 'ਤੇ ਕੀ ਗੁਜ਼ਰਨੀ? ਇਸ ਤੋਂ ਮੈਨੂੰ ਥੱਲੇ ਤੋਂ ਥੱਲੇ ਰਹਿਣਾ ਪੈਂਦਾ ਕਿ ਮੈਨੂੰ ਪਤਾ ਲੱਗੇ ਕਿ ਰਵਾਇਆ ਦੇ ਗਰੀਬ ਲੋਕ ਜਿਹੜੇ ਉਹ ਕਿੱਡੇ ਦੁਖੀ। ਇਸ ਤੋਂ ਤੂੰ ਮੈਂ ਨਹੀਂ, ਮੇਰੀ ਜਗ੍ਹਾ 'ਤੇ ਹੁਣ ਫਿਰ ਜੋ ਮਰਜ਼ੀ ਕਰ ਲਓ, ਤੂੰ ਮੇਰੇ ਵੱਲ ਸਮਝਿਆ, ਮੈਂ ਅਗਰ ਖਾਵਾਂ ਪੀਵਾਂ ਮੈਨੂੰ ਗਰੀਬਾਂ ਦੀ ਮੁਸੀਬਤ ਦਾ ਕਿਵੇਂ ਅੰਦਾਜ਼ਾ ਹੋ? ਤੂੰ ਮੇਰੇ ਵੱਲ ਨਾਲ ਅੱਖਾਂ ਖੋਲ੍ਹ ਗਈਆਂ, ਖਾਣਾ ਪੀਣਾ ਸ਼ੁਰੂ ਕਰ।
دوسری شاید جڑی سی انہوں تے بالکل ہی سمجھا نہ میرے تو زیادہ ناپاک کام ہی کوئی نہیں عورت نہ تعلق ہاں وہ اللہ والے کا کی کام ہے بھی وہ عورتوں نہ تعلق رکھن یہ نہیں ٹھیک اس تو بالکل جمع نہیں کرنا نکاح نہیں کرنے یہ رہبانیت ہو اے انسان جدو لگا نا پابندیاں لاؤن اے کام کی مگر سوچیا نہ یہ نتیجہ کی نکلنا کہ اللہ تعالیٰ دی حکمت اعتراض کہ اللہ دانا نہیں سیاح نہیں نازلہ غلط کار آ نادان آ جن انسان سے دوشیاں رکھ دیتی کھان پین دی خاص اور جمع دی یہ تو اللہ تعالیٰ نے حماقت کی یہ گل تھی کہیں گے جن اور اگر یہ نہ ضروری ہوں گی اللہ کیوں پیدا کر لا پھر الحکیم لا یخلون الحکم دانا کا کام بھی کدی دانائی تو خالی اللہ سارا تو علیم اور حکیم آ اس تو نہ ضروری چیزاں ہوں گیا کیوں پیدا کر لا دونوں ضروری ہے بے کھان پین نہ تو خود زندہ رہے گا زندہ رہے گا تو جہاد کرے گا علم پڑھے گا اور نیکی دے کام ماری گل کرنا کی اس تو بالکل کوئی برائی نہیں کھانا پینا ہونا چاہیے اور جڑا بقائے نہ ہو کہ انسان زمین تے رہن مٹنا جان ادھر بھی ضروری ہے بھی سلسلہ چلتا رہے مرد اور عورت کا اختلاط ملیں گے تو اولاد پیدا ہوگا اللہ نے سسٹم رکھا یعنی دونوں چیزاں بذات خود ذرا بھی بڑیاں نہیں انتہا درجے دیا ضروری ہے اور بالکل ان سمجھو جی انجن جڑے پرانے زمانے سے انہیں سٹیم ہوں سی نا وہ پاپ ہی دڑا سے اس ریلوے کے انجن کو ورنہ دوڑ نہیں سکتا انسان جڑا نٹھا پجا پھرتا دن رات کھپتا یہ ہوئی ہے میں کھاوا پیوا آپ بھی زندہ رہا گا میری اولاد بھی چلے یہ دو خواہشاں بالکل بڑیاں نہیں انتہا درجے دیا والا مگر جدو یہ بے قید ہو جاندیاں آزاد ہو جاندیاں نا تو زیادہ خراب شک ہوئے جدو کھان پین جو ہے حلال آوے حرام آوے اپنا آوے بگانے چٹ جاؤ بربادی جدو یہ خواہش جڑی سی نسل قائم رکھن دی آوارہ ہو گئی زنا ہو گیا کوئی پتہ نہ رہ گیا بازار پڑ گیا امریکہ برطانیہ جڑے دس ہی نہیں سکتے سارا باپ کون ماں دے نال تے سکولاں کالجاں جا کے لکھاؤں دے اندھیر مچ گیا اس تو پابندی تو بغیر چارہ نہیں مگر پابندی وہی لاؤ گا جڑا سب کچھ جانتا اللہ بندے جدو لاؤ گے پارلیمنٹ تین چار سو کٹھا ہو جائے ملک کے چنوے دماغ کٹھے ہو جان ایمانداری نہ بنا اگلے سال ہی پتہ لگ جائے گا دیش کا قانون کیا خرابی ترمیم کرنی پی گئی اللہ اور مینو اس موقع پہ یاد ہوتا کہ بہت بڑے بیرسٹر ہوئے لاہور چ عبدالعزیز مہاراجا کشمیر ہندو سی ڈوگرا اس میں وہ دربار سے مقدمہ آ گیا مسلمانوں کا ہی مسلمان ہی نہ برائے نام وہ مسلمان نے دعویٰ کرتا کہ میں اپنی بھنوں کی دوجیاں نو حصہ کوئی نہیں دینا میرا فیصلہ جڑا نا وہ رواج کے تحت کیا جائے میں شرعیت کوئی نہیں منتا عبدالعزیز ہی بیسٹر سی وہ مقدمہ لڑ رہا سی کہ ہاں جی جو رواج ہے ملک کا پت لین تیاں نہیں دینا مہاراجا نے ہندو ہوں میں آخیا بھی عبدالعزیز صاحب مجھے سمجھاؤ کہ جدو مسلمان پیدا ہوں اسے کی کر رہے انہیں آخیا جی مسلمان جڑے انہوں کا طریقہ بھی اسی عالم دین بلا جی آپ انہوں نواز تو آ کے وہ اذان کہنے ہیں اکامت کہنے ہیں دین کے طریقے نا انہیں آخیا جدو جوان ہوں اس کہنے لگا شریعت کے مطابق مولوی صاحب آدھے ایجاب قبول کرا نکاح ہوں خطبہ مسلمان نرم سے جنازہ پڑھیا جا شریعت کے مطابق انہیں آخیا جمن لگیا شریعت جوان ہوا شریعت مرم تے شریعت جب وراثت دین کا آیا عبدالعزیز شرم کر اس وقت تھی مسلمان ہوں آدھے جب سانو شریعت نہیں چاہیے حیا کر اس تو مسلمان جڑا ہے برائے نام اسی رہ گئے اسلام گئے چھڈ ورنہ دین اسلام کی پابندیاں کوئی نہ روا پاوے اصل آزادی ہے بالکل جیسے گڈی کا ٹھیک ٹھاک رہنا جا پرزے کسے بچا انسان کا ٹھلے ہوئے نہیں کار دے پرزے تو موت ہو گئی اس تو لبرلزم اور آزادی میرے بچوں دوستوں سارے سمجھو کہ ایسے جھوٹے نہ گیا جنہاں تے لوگوں نے نہ کاروبار چمکا کہ انسانوں آزادی ہونی چاہیے یعنی من مانی کردہ کوئی بھی نہیں ہر ملک پولیس موجود ہے فوجاں موجود ہے عدالتاں موجود ہے جی ایڈے لبرلزم کر رہا ختم کرو کرن دیو جو مرضی کو کردہ جنہوں مرضی کو لٹ لو جو مرضی کرے پھر کیوں ہے تو انڈیاں لاؤ صرف ایک بےوقوف بنا لوگوں آ دے پابندی تو بغیر انسان بچ ہی نہیں سکتا مگر پابندی صرف اللہ لاؤ انسان لاؤ گے غلط ہو جائے انسانوں نے پابندیاں نہ دوہاں شاہاں تے لائیاں جڑیاں سب تو سمجھو بنیادی خواہشاں کھانا پینا بقائے نفس بقائے ذات خود انسان بچا رہو گا عورت مرد دا میل بقائے نو نسل قائم رہو گی اگے تو اگے زمین آباد رہو گی دوہاں تو کوئی شے بری آوارگی بری اللہ تعالیٰ دا دین کی چاہوں دا کہ آدمی حدود دی پابندی کرے
ਇਹ ਕੁਰਾਨ ਮਜੀਦ ਜਿਹੜਾ ਅਸੀਂ ਪੜ੍ਹਦੇ ਹਾਂ, ਜਿਹੜੀ ਮੈਂ ਵੀ ਆਦਤ ਪੜ੍ਹੀ ਵਾ, ਮੈਂ ਯਤ ਤਕ ਅੱਲਾਹ, ਜਿਹੜਾ ਅੱਲਾਹ ਤਾਲਾ ਤੋਂ ਡਰ ਕੇ ਉਹਨਾਂ ਚੀਜ਼ਾਂ ਤੋਂ ਬਚ ਕੇ ਰਹੂਗਾ ਜਿਹਨਾਂ ਤੋਂ ਅੱਲਾਹ ਤਾਲਾ ਨੇ ਲਿਖਤਾ ਡੈਂਜਰ ਖਤਰਾ ਇਹਦੇ ਕਰੀਬ ਨਾ ਜਾਏ। ਹਜ਼ੂਰੁੱਲਾ ਯਰਜ਼ੁਕੁ ਮਿਨ ਹੈਸੁਲਾ ਯਾਦ, ਅੱਲਾਹ ਤਾਲਾ ਐਸੇ ਥਾਂ ਰਿਜ਼ਕ ਉਹਨੂੰ ਦਊਗਾ ਜਿਹਦਾ ਉਹਨੂੰ ਅੰਦਾਜ਼ਾ ਹੀ ਕੋਈ ਨਹੀਂ, ਔਰ ਉਹਦੇ ਸਾਰੇ ਕੰਮਾਂ ਦਾ ਆਪ ਕਫੀਰ ਹੋ ਜਾਵੇ। ਕੁਰਾਨ ਪਾਕ ਅਸੀਂ ਜਦੋਂ ਪੜ੍ਹਦੇ, ਇਬਤਦਾ ਕੀ ਹੈ? ਹੁਦਲ ਲਿਲ ਮੁਤਤਕੀ, ਕੁਰਾਨ ਰਹਿਨਮਾਈ ਉਹਨਾਂ ਲੋਕਾਂ ਲਈ ਜਿਹੜੇ ਤਕਵਾ ਇਖਤਿਆਰ ਕਰਨ। ਵਲ ਆਖਰਤ ਖੈਰ ਉਲ ਮਨ ਇਤਕਾ, ਸੂਰਾ ਨੇ ਸਾਹ ਜਾਂਦਾ ਆਖਰਤ ਉਹਨਾਂ ਲੋਕਾਂ ਲਈ ਆ ਬਿਹਤਰ, ਵਰਨਾ ਦੂਜਿਆਂ ਦਾ ਹਾਲ ਮੰਦਾ ਉੱਥੇ। ਵਲ ਆਖਰਤ ਖੈਰ ਉਲ ਮਨ ਇਤਕਾ, ਜਿਹੜੇ ਤਕਵਾ ਇਖਤਿਆਰ ਕਰਨਗੇ ਉਹਨਾਂ ਲਈ। ਫਤਕੁੱਲਾ ਮਸਤਾ, ਜਿਤਨਾ ਯਾਨੀ ਕੁਰਾਨ ਤਿੱਤਾ ਕੁੱਲਾ ਤਕਵਾ ਮੁਤਕੀਨ ਪੜਿਆ, ਜਿੰਨਾ ਇਹ ਦੁਹਰਾਇਆ ਲਫ਼ਜ਼, ਠੀਕ ਹੈ, ਇਹ ਕੀ ਹੈ ਕਿ ਖਤਰੇ ਵਾਲੀ ਚੀਜ਼ਾਂ ਤੋਂ ਬਚ ਕੇ ਰਹਿਣਾ, ਜਿੱਥੇ ਬਰਬਾਦੀ ਹੈ ਨਾ ਉਹਨਾਂ ਤੋਂ ਬਚੋ, ਅੰਦਰ ਰਹੋ। ਇਸ ਤਕਵੇ ਦੇ ਜ਼ਰੀਏ ਅੱਲਾਹ ਤਾਲਾ ਬਣਾਉਂਦਾ ਇੱਥੇ ਵੀ ਭਲਾਈ ਹੈ, ਆਖਰਤ ਦੀ ਭਲਾਈ। ਮੁਸਲਮਾਨਾਂ ਦਾ ਜਾਂ ਦੀਨ ਨੂੰ ਮੰਨਣ ਵਾਲਿਆਂ ਦਾ ਹਮੇਸ਼ਾ ਤੈਅ ਹਾਰ ਰਿਹਾ ਵੀ ਨੇਕੀ ਫਿਰ ਵੀ ਮਾੜੀ ਚੰਗੀ ਕਰ ਲੈਂਦੀ, ਨਮਾਜ਼ਾਂ ਪੜ੍ਹ ਲੈਂਦੇ, ਜ਼ਿਕਰ ਕਰ ਲੈਂਦੇ, ਖੈਰ ਖਰਾ ਤਕਵਾ ਨਹੀਂ ਇਖਤਿਆਰ ਕਰ, ਖਤਰੇ ਵਾਲੀਆਂ ਚੀਜ਼ਾਂ ਤੋਂ ਨਹੀਂ ਬਚਦੇ। ਹਾਲ ਇਹ ਫਿਰ ਹੋ ਜਾਂਦਾ ਵੀ ਜਿਵੇਂ ਆਦਮੀ ਸਾਰਾ ਦਿਨ ਮਿਹਨਤ ਕਰੇ ਅਤੇ ਇੰਧਨ ਦਾ ਢੇਰ ਲਾ ਦੇ, ਬਾਲਣ ਇਕੱਠਾ ਕਰੇ ਤਾਂ ਇੱਡਾ ਢੇਰ ਹੋ ਜਾਏ, ਸ਼ਾਮ ਨੂੰ ਥੋੜ੍ਹਾ ਜਿਹਾ ਬਰੂਦ ਥੱਲੇ ਰੱਖੇ ਤਾਂ ਉਹਨੂੰ ਦੀਆ ਸਲਾਈ ਸੁਲਗਾ ਦੇ, ਉੱਡ ਗਿਆ ਸਾਰਾ। ਕੋਈ ਬੰਦਾ ਇਹ ਨਹੀਂ ਸੋਚਦਾ ਵੀ ਨੇਕੀਆਂ ਤੋਂ ਜ਼ਿਆਦਾ ਇਜਤਨਾਬ ਮਹਾਰਮ ਜ਼ਰੂਰੀ ਹੈ, ਤਖਵਾ ਜ਼ਰੂਰੀ ਹੈ ਕਿ ਬਚ ਉਹਨਾਂ ਸ਼ਾਇਆਂ ਤੋਂ ਜਿਨ੍ਹਾਂ ਨੇ ਸਾਰੀ ਟਿੱਟੀ ਕਰਾਈ ਰੋੜ ਲੈਣੀ। ਇਹਦੇ ਵੱਲ ਕੋਈ ਧਿਆਨ ਨਹੀਂ ਕਰਦਾ, ਸਾਰੇ ਪੁੱਛਣਗੇ ਜ਼ਿਕਰ ਦੱਸੋ, ਕੋਈ ਆਹ ਦੱਸੋ, ਇਹ ਕੋਈ ਨਹੀਂ ਪੁੱਛਦਾ ਵੀ ਜਿਹੜਾ ਮੈਂ ਰਿਜ਼ਕੇ ਹਲਾਲ ਕਮਾ ਰਿਹਾ ਜਾਂ ਹਰਾਮ ਕਮਾ ਰਿਹਾ। ਜਦੋਂ ਮੇਰੀ ਰੋਜ਼ੀ ਹਰਾਮ ਹੈ, ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਫਰਮਾਇਆ ਜਿਹੜੀ ਬੋਟੀ ਹਰਾਮ ਦੇ ਗੋਸ਼ਤ ਨਾਲ ਨਾ ਤੇਰੇ ਜਿਸਮ 'ਚ ਆਉਣੀ ਨਾ, ਫੰਨਾ ਰੌਲਾ ਦੇ, ਉਹ ਜੰਨਤ 'ਚ ਕਾਹਨੂੰ ਜਾਣੀ ਹੈ, ਉਹਦਾ ਠਿਕਾਣਾ ਦੁੱਧ, ਉਹ ਕਦੀ ਵੀ ਜੰਨਤ 'ਚ ਦਾਖਲ ਨਹੀਂ ਹੋ ਸਕਦੀ। ਔਰ ਇਸ ਤੋਂ ਅੱਲਾਹ ਦੇ ਰਸੂਲ ਅਲੈਹਿ ਸਲਾਮ ਬਾਰ ਬਾਰ ਐਲਾਨ ਫਰਮਾਇਆ ਕਿ ਕਈ ਲੋਕ ਬੜਾ ਲੰਬਾ ਸਫ਼ਰ ਕਰਨਗੇ, ਮੱਕੇ ਆਉਣਗੇ, ਅਸ਼ਾ ਸਾਹਿਬ ਲਾਲ ਖਿਲ ਰਹੇ ਹੋਏ, ਮਿੱਟੀ ਪਈ ਹੋਈ, ਹੱਥ ਫੈਲਾਉਣਗੇ, ਯਾ ਰੱਬੇ ਰੋਣਗੇ ਇੱਥੇ। ਫਰਮਾਇਆ ਮਸ਼ਰਬੂ ਹਰਾਮ, ਮਲਬਸੂ ਹਰਾਮ, ਮਤਮ ਹਰਾਮ, ਬਈ ਪੀ ਹਰਾਮ ਰਹਿ, ਖਾ ਹਰਾਮ ਰਹਿ, ਲਿਬਾਸ ਹਰਾਮ ਹੈ, ਪਰ ਨਾ ਜੋ ਸਜ਼ਾ ਬੋਲਾ, ਕਿੱਦਾਂ ਰੱਬ ਉਹਨਾਂ ਦੀਆਂ ਦੋਵਾਂ ਕਬੂਲ ਕਰੇ। ਇਸ ਤੋਂ ਅੱਲਾਹ ਦੇ ਨੇਕ ਬੰਦੇ ਦੁਆਈ ਦਿੰਦੇ ਕਿ ਖੁਦਾ ਦੇ ਬੰਦੇ ਹੋ, ਕੋਈ ਇਬਾਦਤ ਇਸ ਤੋਂ ਅਫਸਰ ਨਹੀਂ, ਬਾਕੀ ਸਾਰੀਆਂ ਇਬਾਦਤਾਂ ਤੋਂ ਥੱਲੇ ਥੱਲੇ ਆ, ਅਸਲੀ ਵੱਡੀ ਇਬਾਦਤ ਇਹੀ ਹੈ ਕਿ ਤੁਸੀਂ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਬਚਾਓ ਜਿਹੜੀਆਂ ਅੱਲਾਹ ਤਾਲਾ ਨੂੰ ਨਾਰਾਜ਼ ਕਰਨ ਵਾਲੀਆਂ। ਔਰ ਉਹਨਾਂ ਦੇ ਅੰਦਰ ਵੀ ਇੰਨਾ ਅਫਜ਼ਲ ਇਬਾਦਤ ਇਫਤ ਬਤਨੇ ਵੱਲ ਫਰਕ। ਮੈਂ ਖੁਲਾਸਾ ਤੁਹਾਨੂੰ ਦੱਸਦਾ ਕਿ ਦੋ ਹੀ ਸੁਰਾਖ ਆ ਜਿਹੜੇ ਤਬਾਹ ਕਰਨ ਵਾਲੇ ਅਤੇ ਉਹ ਹੀ ਬਚਾਉਣ ਵਾਲੇ, ਬਤਨ ਬਰ ਇਹ ਮੂੰਹ ਆ, ਇੱਕ ਆਹ ਸੁਰਾਖ ਹੈ ਜੀ ਜਾ ਰਿਹਾ ਅੰਦਰ, ਔਰ ਇੱਕ ਥੱਲੇ ਲੱਗਾ ਸੁਰਾਖ, ਜਿਹੜੇ ਉਹ ਗੱਲ ਤੁਹਾਨੂੰ ਸਮਝਾਤੀ ਕਿ ਇੱਕ ਬਕਾਏ ਨੌਲੀ ਹੈ, ਇੱਕ ਬਕਾਏ ਹੈਗੇ, ਦੋਵੇਂ ਜ਼ਰੂਰੀ ਹੈ, ਮਗਰ ਜਦੋਂ ਇਹ ਵਿਗੜ ਜਾਂਦੇ ਆ, ਪਾਕ ਦਮ ਨਹੀਂ ਰਹਿੰਦੇ, ਇਹੋ ਜਿਹੀ ਤਬਾਹੀ ਮਚਾ ਦੇ। ਇਸ ਤੋਂ ਹਜ਼ਰਤ ਇਮਾਮ ਮੁਹੰਮਦ ਬਾਕਰ ਅਲੈਹਿ ਸਲਾਮ ਫਰਮਾਉਂਦੇ, ਇਮਾਮ ਜ਼ੈਨੁਲ ਆਬਦੀਨ ਦਾ ਬੇਟਾ, ਇੰਨਾ ਅਫਜ਼ਲ ਇਬਾਦਤ ਕਿ ਸਭ ਤੋਂ ਵੱਡੀ ਇਬਾਦਤ, ਨਾ ਨਫਲ ਨਮਾਜ਼ਾਂ ਅਤੇ ਨਾ ਰੋਜ਼ਾ, ਕੁਛ ਨਹੀਂ, ਅਫਜ਼ਲ ਇਬਾਦਤ ਇਫਤੁਲ ਬਤਨੇ ਵੱਲ ਫਰਕ ਕਿ ਆਦਮੀ ਆਪਣੇ ਪੇਟ ਨੂੰ ਔਰ ਆਪਣੀ ਸ਼ਰਮਗਾਹ ਨੂੰ ਹਰਾਮ ਤੋਂ ਬਚਾਏ। ਇਹ ਨਾ ਹਰਾਮ ਨਾਲ ਉਦਾ ਹੋ ਜਾਣ, ਵਰਨਾ ਨੇਕੀਆਂ ਕੀਤੀਆਂ ਕਰਾਈਆਂ ਬਰਬਾਦ ਹੋ ਜਾਣ। ਔਰ ਕੁਰਾਨ ਮਜੀਦ ਅਸੀਂ ਵੇਖਦੇ ਹਾਂ ਅੱਲਾਹ ਤਾਲਾ ਬਾਰ ਬਾਰ ਫਰਮਾਉਂਦਾ, ਬਿਨਾਂ ਜ਼ਿਕਰ ਦਾ ਜ਼ਿਕਰ ਹੋਇਆ, ਤਕਵੇ ਦੀ ਤਰ੍ਹਾਂ ਜ਼ਿਕਰ ਵੀ ਬਹੁਤ ਆਇਆ, ਕੁਰਾਨ ਪੜਿਆ ਜ਼ਿਕਰ ਨਾ, ਮਗਰ ਜ਼ਿਕਰ ਬਣ ਗਿਆ ਵੀ ਹੁਣ ਮਹਿਫਲਾਂ ਲੱਗੀਆਂ, ਕਈ ਬਣੇ ਆ ਫਦਾ ਯਾਨੇ ਸਲਾਮ ਹੈ ਫਲਾਨੇ ਆ, ਇੱਥੇ ਮੁਰਾਕਬਾ ਹਾਰ ਹੈ, ਹੋ 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 ਰਿਹਾ, ਇਹਦਾ ਨਾਂ ਲੋਕਾਂ ਨੇ ਪਖੰਡ ਬਣਾ ਲਿਆ ਬੇ ਜ਼ਿਕਰ, ਇਹਦਾ ਜ਼ਿਕਰ ਨਾ ਕੋਈ ਚੱਲ। ਜ਼ਿਕਰ ਕੀ ਹੈ? ਯਾਦ ਹੋਣਾ, ਮੈਂ ਜ਼ੁਬਾਨ ਤੋਂ ਇੱਕ ਬੜੀ ਵੀ ਨਾ ਸੁਬਾਨ ਵਾਕਾਂ, ਮੇਰੇ ਦਿਲ 'ਚ ਮੈਨੂੰ ਯਾਦ ਹੈ ਕਿ ਮੇਰਾ ਇਕੱਲਾ ਜਿਹੜਾ ਮੈਨੂੰ ਵੇਖ ਰਿਹਾ, ਮੈਂ ਅਸਲ ਜ਼ਿਕਰ ਕਰ ਰਿਹਾ। ਇਹ ਜ਼ਿਕਰ ਤਾਂ ਜਿਹੜਾ ਇਹ ਨਿਸ਼ਾਨੀ ਹੈ ਉਹਦੀ, ਜ਼ਿਕਰੇ ਕਲਬੀ ਕਿ ਦਿਲ 'ਚ ਯਾਦ ਹੈਗੀ ਅਤੇ ਜ਼ੁਬਾਨ ਫਿਰ ਉਹ ਬਾਹਰ ਕਰਨੀ, ਇਹ ਸਿਰਫ ਉਹਦਾ ਪਤਾ ਦਿੰਦੀ ਹੈ ਜਿਹਨੂੰ ਅੱਲਾ ਯਾਦ ਹੈ। ਜੇ ਸਿਰਫ ਆਹ ਕਹੀ ਜਾਏ ਦਿਲ 'ਚ ਕੁਛ ਨਾ ਹੋਵੇ, ਕੁਛ ਵੀ ਨਹੀਂ, ਇਹ ਬਿਲਕੁਲ ਇੱਕ ਧੋਖਾ ਜਿਹਦਾ ਕੋਈ ਫਾਇਦਾ ਨਹੀਂ। ਇਸ ਤੋਂ ਅੱਲਾਹ ਤਾਲਾ ਕੁਰਾਨ 'ਚ ਬਾਰ ਬਾਰ ਆਉਂਦਾ ਕਿ ਅੱਲਾਹ ਕੋ ਬਹੁਤ ਯਾਦ ਕਰੋ, ਔਰ ਕਿਤੇ ਫਿਰ ਆਉਂਦਾ ਯਜ਼ਕੁਰੂਨ ਅੱਲਾਹ ਕਿਆਮਾ ਮਕੂਦਾ ਵਾਲਾ ਜਨੂਬ, ਖੜ੍ਹੇ ਬੈਠੇ ਲੇਟੇ ਹਰ ਹਾਲ 'ਚ ਅੱਲਾਹ ਨੂੰ ਯਾਦ ਰੱਖੋ। ਉਹ ਜ਼ਬਾਨ ਹਿਲਾਉਣ ਦਾ ਨਾ ਨਹੀਂ, ਯਾਦ ਰੱਖੋ, ਭੁੱਲੋ ਨਾ। ਦੁਕਾਨ 'ਤੇ ਬੈਠੇ ਤੁਸੀਂ ਵੇਖਦੇ ਜੇ ਵੀ ਗਾਹਕ ਨਾ ਵਾਕਫ ਹੋਇਆ, ਇਹ 100 ਦੀ ਸ਼ਾਇਦ 500 ਜਿਹੜੀ ਹੈ ਜਿਹਨੇ ਲੈ ਜਾਣਾ, 400 ਦਾ ਨਫ਼ਾ ਹੋਣ ਡਿਆ, ਮਗਰ ਤੁਸੀਂ ਇਹ ਸਮਝ ਕੇ ਵੀ ਭਾਈ ਇਹਨੂੰ ਭਾਵੇਂ ਪਤਾ ਜਾਂ ਨਹੀਂ ਪਤਾ, ਮੈਨੂੰ ਪਤਾ,
ਤੇ ਚੀਜ਼ ਇਹਨਾਂ ਦੀ ਨਹੀਂ। ਤੁਸੀਂ ਉਹ 100 ਦੀ ਦਿੱਤੀ ਉਹਨੂੰ ਦੁਨਿਆਵੀ ਲਿਹਾਜ਼ ਨਾਲ, ਤੁਸੀਂ ਅਹਿਮ ਕਾਰੋਬਾਰੀ ਨਿਕਲੇ, ਬੇਵਕੂਫ ਨਿਕਲੇ ਕਿ ਨਫ਼ਾ ਹੋਣ ਦਿਆ ਗਵਾਤਾ, ਮਗਰ ਅਸਲ ਤੁਹਾਨੂੰ ਰੱਬ ਯਾਦ, ਅੱਲਾ ਯਾਦ ਆ ਤੁਹਾਨੂੰ, ਤੁਸੀਂ ਚੜਾਕੀ ਨਹੀਂ ਕੀ। ਇਸ ਤਰ੍ਹਾਂ ਹਜ਼ਰਤ ਯੂਨਸ ਇਬਨ ਉਬੈਦ ਐਸੇ ਹਦੀਸ ਦੇ ਰਾਵੀ ਹੈ ਕਿ ਲੋਕ ਜਿਹੜੇ ਸੀ ਕਿਸੇ ਇਲਾਕੇ ਜਦੋਂ ਦੁਆ ਕਬੂਲਣਾ ਹੁੰਦੀ, ਇਮਾਮ ਇਬਨ ਹਜ਼ਰਤ ਹਦੀਸ 'ਚ ਲਿਖਦੇ ਕਿ ਲੋਕ ਕਹਿ ਦਿੰਦੇ ਅੱਲਾ ਯੂਨਸ ਦੇ ਰੱਬ, ਐ ਯੂਨਸ ਦੇ ਰੱਬ ਸਾਡਾ ਕੰਮ ਕਰ, ਅੱਲਾ ਉਹਨਾਂ ਦੀ ਦੁਆ ਕਬੂਲ ਕਰ, ਐ ਯੂਨਸ ਇਬਨ ਉਬੈਦ ਦੇ ਰੱਬ, ਇਹੋ ਜਿਹਾ ਤੇਰੇ ਨੇਕ ਬਣ। ਨਮਾਜ਼ ਪੜ੍ਹਨ ਚਲੇ ਗਿਆ, ਭਤੀਜਾ ਦੁਕਾਨ 'ਤੇ ਬੈਠਾ ਸੀ, ਕੱਪੜੇ ਦੀ ਦੁਕਾਨ, ਕੋਈ ਦਿਹਾਤੀ ਆਇਆ ਉਹਨੇ ਕੱਪੜਾ ਖਰੀਦਿਆ, ਲੈ ਕੇ ਜਾ ਰਿਹਾ ਸੀ ਬਾਜ਼ਾਰ, ਔਰ ਬੜਾ ਖੁਸ਼ ਸੀ। ਆਪ ਜਿਸ ਨਿਕਲੇ ਕੱਪੜਾ ਵੇਖਿਆ, ਪੁੱਛਿਆ ਕਿੰਨੇ ਦਾ ਲਿਆ, ਉਹਨੇ ਦੱਸਿਆ, ਫਰਮਾਇਆ ਬਹੁਤ ਇਹਨਾਂ ਦਿਹਾਤੀ। ਗਏ ਉਹਨੂੰ ਭਤੀਜੇ ਨੂੰ ਜਾ ਕੇ ਕਿਹਾ, ਪੁੱਤਰ ਤੂੰ ਜਾਣਨਾ ਵੀ ਅਸੀਂ ਇਹ ਕੱਪੜਾ ਇੰਨੇ 'ਚ ਨਹੀਂ ਦੇਣੇ, ਇਸ ਮੁੱਲ ਵੇਚਦੇ। ਉਹਨੇ ਆਖਿਆ ਜੀ ਇਹ ਖੁਸ਼ ਹੈ, ਉਹਨੇ ਵੀ ਆਖਿਆ ਸਾਡੇ 'ਚ ਬਹੁਤ ਮਹਿੰਗਾ ਵਿਕਦਾ, ਮੈਂ ਰਾਜ਼ੀ। ਫਰਮਾਇਆ ਯਾਰ ਤੇਰੇ ਰਾਜ਼ੀ, ਉਹਨੂੰ ਕੀ ਕਰੋ, ਮੈਨੂੰ ਨਹੀਂ ਪਤਾ ਕਿ ਅਸੀਂ ਇਹਨੇ ਦਾ ਨਹੀਂ ਦੇਣ। ਕਿਹਾ ਤੂੰ ਯੂਨਸ ਦੀ ਸਾਰੀ ਜ਼ਿੰਦਗੀ ਦੀ ਬਾਤ ਜ਼ਾਇਆ ਕਰਦੇ ਲੱਗਾ। ਇਸ ਤੋਂ ਇਹ ਅੱਲਾਹ ਦਾ ਦੀਨ ਆਉਂਦਾ ਵੀ ਤੁਸੀਂ ਤਕਵਾ ਇਖਤਿਆਰ ਕਰੋ। ਜ਼ਿਕਰ, ਜ਼ਿਕਰ ਮਦਦ ਦਿੰਦਾ, ਤਕਵਾ ਪੈਦਾ ਕਰਨ 'ਚ ਮਦਦਗਾਰ ਕੌਣ ਆ, ਕਿਸ ਤੁਹਾਨੂੰ ਤਕਵੇ 'ਤੇ ਲਿਆਉਣਾ, ਅੱਲਾਹ ਦੀ ਯਾਦ। ਜਦੋਂ ਅੱਲਾਹ ਯਾਦ ਰਿਹਾ, ਬੱਲਾ ਹੈ ਔਰ ਮੈਨੂੰ ਵੇਖ ਰਿਹਾ, ਸਾਰੇ ਮਸਲੇ ਸਿੱਧੇ ਆ ਜਾਣ। ਨਾ ਕੋਈ ਮੁਰਸ਼ਿਦ ਫੜਨਾ ਪੈਣਾ, ਨਾ ਕੋਈ ਬਾਤ ਸੁਣਨੇ ਪੈਣੇ, ਇੰਨੀ ਗੱਲ ਹੈ ਤੈਨੂੰ ਐਂ ਨੱਥ ਪਾ ਕੇ ਸਿੱਧਾ ਚਲਾ ਦੇਣਾ ਵੀ ਭਾਈ ਤੂੰ ਦੁਨੀਆਂ ਦੇ ਲੋਕਾਂ ਨੂੰ ਮੁਤਮੈਨ ਕਰ ਸਕਦਾ, ਉਹਨਾਂ ਨੂੰ ਦਲੀਲਾਂ ਦੇ ਸਕਦਾ, ਬੜੇ ਬਹਾਨੇ ਆ ਤੇਰੇ ਕੋਲ, ਹਾਂ ਅਕਲ ਯਾਰ ਹੈ, ਸੌ ਬਹਿਸ ਬਣਾ ਲੈਤੀ ਹੈ, ਮਗਰ ਖੁਦਾ ਦੇ ਸਾਹਮਣੇ ਕੀ ਕਰੇਂਗਾ। ਇਹਦੇ ਲਈ ਵੀ ਸੁਣੋ, ਇਮਾਮ ਜਾਫਰ ਸਾਦਿਕ ਰਹਿਮਤੁਲਾਹ ਅਲੈਹ ਫਰਮਾਉਂਦੇ, ਮੈਨਾ ਸ਼ੱਦ ਮਾ ਫਰਦ ਅੱਲਾਹ ਖਲਕੇ ਜ਼ਿਕਰ ਅੱਲਾਹ ਕਸੀਰਾ, ਕਿ ਸਾਰਿਆਂ ਤੋਂ ਵੱਡਾ ਫਰਜ਼ ਜਿਹੜਾ ਅੱਲਾਹ ਤਾਲਾ ਨੇ ਆਪਣੇ ਬੰਦਿਆਂ ਦੇ ਜ਼ਿੰਮੇ ਲਾਇਆ ਉਹ ਇਹ ਹੈ ਕਿ ਕੁਰਾਨ ਪੜ੍ਹਿਆ, ਅੱਲਾਹ ਨੂੰ ਬਹੁਤ ਯਾਦ ਕਰੋ, ਇੰਨੀ ਬਾਹਰ ਹੈ ਗੱਲ ਦੁਰਾਈ, ਜ਼ਿਕਰ ਕਰੋ, ਜ਼ਿਕਰ ਕਰੋ। ਸੁਮ ਕਾਲ ਅੱਲਾਹ ਨੀ ਸੁਬਹਾਨ ਅੱਲਾਹ ਅਲਹਮਦੁਲਿਲਾਹ ਵਲਾ ਇਲਾਹ ਇਲਾ ਵਲਾ, ਅਤੇ ਕਿਹਾ ਜਦੋਂ ਮੈਂ ਆਖਿਆ ਨਾ ਅੱਲਾਹ ਦਾ ਜ਼ਿਕਰ ਸਭ ਤੋਂ ਵੱਡਾ ਫਰਜ਼ ਹੈ, ਅਤੇ ਮੇਰਾ ਮਤਲਬ ਇਹ ਨਹੀਂ ਵੀ ਸੁਬਹਾਨ ਅੱਲਾਹ ਅਲਹਮਦੁਲਿਲਾਹ ਵਲਾ ਇਲਾਹ ਇਲਾ ਵਲਾ ਅਕਬਰ ਪੜ੍ਹਿਆ ਕਰੋ, ਹੈਂ ਇਹ ਨਹੀਂ ਮੈਂ ਆਖਿਆ ਤੁਹਾਨੂੰ, ਵੈਨ ਕਾਨ ਅਮਿਨ। ਪਰ ਮੈਂ ਇਹ ਵੀ ਨਹੀਂ ਗੱਲ ਵੀ ਇਹ ਜ਼ਿਕਰ 'ਚ ਨਹੀਂ, ਇਹ ਵੀ ਜ਼ਿਕਰ ਚਾਹੁੰਦਾ, ਮਗਰ ਮੈਂ ਜਿਹੜਾ ਕਿਹਾ ਨਾ ਅੱਲਾਹ ਦਾ ਜ਼ਿਕਰ ਸਭ ਤੋਂ ਵੱਡਾ, ਉਹ ਇਹ ਨਹੀਂ। ਵਲਾਕਿਨ ਜ਼ਿਕਰੁੱਲਾਹ ਇੰਦਾ ਮਾ ਹੱਲਾ ਵਹਰਮ, ਅੱਲਾਹ ਨੂੰ ਯਾਦ ਰੱਖਣਾ ਉਸ ਮੌਕਾ 'ਤੇ ਜਿੱਥੇ ਅੱਲਾਹ ਨੇ ਕੋਈ ਸ਼ੈ ਹਲਾਲ ਕੀਤੀ ਹੈ ਜਾਂ ਹਰਾਮ ਕੀਤੀ, ਉਹ ਵੇਲਾ ਆਵੇ ਨਾ ਉਦੋਂ ਮੂੰਹ ਬੋਲ ਨਾ ਬੋਲ, ਦਿਲ 'ਚ ਖਿਆਲ ਕਰ। ਫੈਨ ਕਾਨ ਤਾਤਨ ਆਮਿਲਾ ਬਿਆ, ਜੇ ਉਹ ਕੰਮ ਵੇਖਿਆ ਬੇ ਨੇਕੀ ਦਾ, ਦੀਨ ਇਹਦਾ ਹੁਕਮ ਦਿੰਦਾ ਤਾਂ ਕਰ ਲਿਆ, ਅੱਲਾਹ ਯਾਦ ਹੈ ਤੈਨੂੰ। ਵੈਨ ਕਾਨ ਮਾਸੀਅਤਨ ਤਰਕਾ, ਔਰ ਜੇ ਸਮਝਿਆ ਕੰਮ ਗੁਨਾਹ ਦਾ, ਬੇਸ਼ੁਮਾਰ ਫਾਇਦੇ ਆ, ਲੱਤ ਮਾਰਤੀ ਉਹਨਾਂ ਫਾਇਦਿਆਂ ਨੂੰ, ਆਖਿਆ ਨਹੀਂ ਅੱਲਾਹ ਨੂੰ ਨਾਰਾਜ਼ ਨਹੀਂ ਕਰਨਾ, ਜੋ ਕੁਝ ਅੱਲਾਹ ਪਾਕ ਕਹਿੰਦਾ ਉਹ ਨਹੀਂ ਮੰਨਣਾ। ਇਹ ਆ ਫਰਮਾਇਆ ਉਹ ਸਾਰਿਆਂ ਤੋਂ ਵੱਡਾ ਜ਼ਿਕਰ ਜਿਹੜਾ ਅੱਲਾਹ ਤਾਲਾ ਨੇ ਬੰਦਿਆਂ ਦੇ ਜ਼ਿੰਮੇ ਫਰਜ਼ ਕੀਤਾ। ਕਿਸੇ ਆਖਿਆ ਵੀ ਇਮਾਮ, ਐਸੇ ਲੋਕ ਵੀ ਆ ਸਾਡਿਆਂ ਇਲਾਕਿਆਂ 'ਚ ਰਹਿੰਦੇ ਆ ਜਿਹੜੇ ਬਿਲਕੁਲ ਇਹ ਮੂੰਹ ਕਹਿੰਦੇ ਆ ਵੀ ਅਸੀਂ ਬੜੀ ਇਹਦੇ ਬੈਤ ਨਾਲ ਮੁਹੱਬਤ ਰੱਖਦੇ ਹਾਂ, ਰਸੂਲਾਂ ਦੀ ਔਲਾਦ ਦੇ ਦੀਵਾਨੇ ਆ, ਫਲਾਣੇ ਆ। ਕਾਲਾ, ਆਪ ਨੇ ਬਣਾਇਆ ਉਹਨਾਂ ਸਾਰਿਆਂ ਦਾ ਪਤਾ ਕਰ ਵੀ ਉਹਨਾਂ ਦਾ ਹਾਲ ਕੀ ਆ, ਜੇ ਤਾਂ ਉਹ ਦੀਨ ਦੇ ਮੁਤਾਬਕ ਚੱਲਦੇ ਆ, ਬਾਅਦ ਰਹਿੰਦੇ ਉਹਨਾਂ ਚੀਜ਼ਾਂ ਤੋਂ ਜਿਹਨਾਂ ਨੂੰ ਅੱਲਾਹ ਨੇ ਰੋਕਿਆ, ਫਿਰ ਤਾਂ ਗੱਲ ਠੀਕ ਆ। ਔਰ ਅਗਰ ਉਹ ਸਾਰੀਆਂ ਚੀਜ਼ਾਂ ਖਾਈ ਪੀ ਜਾਂਦੇ ਅਤੇ ਉਂਝ ਕਹਿੰਦੇ ਅਸੀਂ ਮੁਹੱਬਤ ਰੱਖਦੇ ਹਾਂ, ਤੁਲ ਤੁਲੇ ਬੀ ਅਬਦੁੱਲਾ ਇੰਨਾ ਕੰਮ ਮੈਂ ਮਾਲਿਕ ਜੁਲੀ ਮੁਨਵਿਲ ਮਾਸੀ, ਇਹ ਹੁਣ ਵੀ ਬੜੇ ਆ 900 ਅਸੀਂ ਅੱਲਾਹ ਦੇ ਰਸੂਲ 'ਤੇ ਜਾਣਾ ਕੁਰਬਾਨ ਕਰਦੇ ਹਾਂ, ਮੁਹਿਬ ਬਣੇ ਆਸ਼ਿਕ, ਅਸਲਾਮ ਤੋ ਅਸਲਾਮ ਹੋ ਰਿਹਾ ਕਹਾ ਯਾਰ ਰਸੂਲ, ਹਰ ਵਕਤ ਪੜ੍ਹ ਰਿਹਾ ਬਿਸਮਿਲਾ, ਬੜਾ ਅੱਛਾ ਕਹਾ। ਹਾਲ ਕੀ ਹੈ, ਕਿਹਾ ਤੁਹਾਡੇ ਮੁਹੱਬਤ ਕਰਨ ਵਾਲਿਆਂ 'ਚੋਂ ਕੁਛ ਲੋਕ ਆ ਜੁਲੀ ਮੋਨਾ ਬਿਲ ਮਾਸ, ਗੁਨਾਹ ਕਰਦੇ ਰਹਿੰਦੇ ਆ, ਵੈ ਕੋਲੋ ਨਾ ਨਰਜੂ, ਅਤੇ ਜਦੋਂ ਪੁੱਛੀਦਾ ਆਉਂਦੇ ਅਸੀਂ ਰੱਬ ਦੀ ਰਹਿਮਤ ਦੇ ਉਮੀਦਵਾਰ ਹਾਂ, ਰੱਬ ਦੀ ਰਹਿਮਤ ਬੜੀ ਵੱਡੀ ਹੈ, ਅਸੀਂ ਉਹਦੇ ਉਮੀਦਵਾਰ ਹਾਂ। ਫਕਾਲ ਕਜ਼ਬ, ਫਰਮਾਇਆ ਬਿਲਕੁਲ ਝੂਠੇ ਆ, ਬਕਵਾਸ ਕਰਦੇ ਸ਼ੈਤਾਨ ਦੇ ਏਜੰਟ, ਲੈ ਸੁਲਨਾ ਬਿਮਵਾਰ, ਉਹ ਕੋਈ ਸਾਡੇ ਨਾਲ ਮੁਹੱਬਤ ਨਹੀਂ ਕਰਦੇ, ਬਿਲਕੁਲ ਬੇਈਮਾਨ ਲੋਕ ਆ। ਉਲਾਇਕ ਕੌਮੁਨ ਤਰਜਾਤ ਬਿਹਮਲਮਾਨੀ, ਇਹ ਐਸੇ ਲੋਕ ਆ ਜਿਹੜੇ ਉਹਨਾਂ ਪੰਗੂੜਿਆਂ ਝੂਠਦਾ, ਜਿਹੜਾ ਇਹਨਾਂ ਦੀਆਂ ਮਾਨੀਆਂ ਮਨ ਮਾਨੀਆਂ ਤਾਂ ਆਪਣੀ ਖਾਜਾ ਦੀਆਂ ਘੜੀਆਂ ਗੱਲਾਂ ਜਿਹਨਾਂ 'ਚ ਮਜ਼ੇ ਲੈ ਰਿਹਾ, ਦਿਨ ਕਿਆਮਤ ਦਾ ਆਊਗਾ ਪਤਾ ਲੱਗੂਗਾ ਵੀ ਅੱਲਾਹ ਤਾਲਾ ਦੀ ਰਹਿਮਤ ਇਹੋ ਜਿਹਾ ਬਦਮਾਸ਼ਾਲੀ ਹੈ। ਮਰ ਰਜ਼ਾ ਸ਼ੈ ਨਾ ਮਿਲਾ ਲਾ, ਕਿੱਡੀ ਪਤੇ ਦੀ ਗੱਲ ਕੀ ਹੈ, ਪਰ ਮੈਂ ਜਿਹਨੂੰ ਕਿਸੇ ਸ਼ਾਇਦ ਦੀ ਉਮੀਦ ਹੁੰਦੀ ਆ ਉਹਦੇ ਲਈ ਮਿਹਨਤ ਕਰਦਾ, ਇਹੋ ਜਿਹੀ ਉਮੀਦ ਚੜੀ ਹੁੰਦੀ ਹੈ ਵੀ ਕਰੇ ਕਰਾਵੇ ਕੋਈ, ਮੈਨੂੰ ਆਸ ਹੈ ਰੱਬ ਦੀ ਰਹਿਮਤ ਦੀ, ਨਾ ਖੋਲੋ ਦੁਕਾਨ। ਹਾਲਾਂਕਿ ਰਿਜ਼ਕ ਐਸਾ ਮਾਮਲਾ ਜਿਹਦੇ ਲਈ ਅੱਲਾਹ ਨੇ ਬਿਲਕੁਲ ਕਿਹਾ ਕਿ ਹਰ ਜਾਨਦਾਰ ਦਾ ਰਿਜ਼ਕ ਮੇਰੇ ਜ਼ਿੰਮੇ, ਇਹਦੇ ਨਾਲ ਕੋਈ ਕੈਦ ਨਹੀਂ ਲਾਈ ਕਿ ਜਿਹੜੀ ਚਾਹੂੰਗਾ ਪੱਕਾ ਕਿਹਾ।
ਮਗਰ ਇਹ ਵੀ ਬੈਠਿਆ ਨਹੀਂ ਮਿਲਦਾ। ਹਰ ਬੰਦਾ ਮਿਹਨਤ ਕਰ ਰਿਹਾ, ਕੋਈ ਜ਼ਮੀਨ ਦਾ ਕਾਸ਼ਤ ਕਰਦਾ, ਖੇਤੀਆਂ ਜਿਹੜੀਆਂ ਉਹਨਾਂ ਦੀ ਖਬਰ ਲੈਂਦਾ, ਪੰਜ ਛੇ ਮਹੀਨੇ ਬਾਅਦ ਉਹਦੀ ਆਸ ਪੂਰੀ ਹੁੰਦੀ, ਰੱਬ ਦੀ ਰਹਿਮਤ ਇਹ ਵੀ ਕਰੋ ਕਰਾਓ ਕੁਛ ਨਾ। ਪਰ ਮੈਂ ਜਿਹਨੂੰ ਉਮੀਦ ਹੁੰਦੀ ਹੈ, ਜਿਹੜਾ ਬੱਚਾ ਸਮਝਦਾ ਕਿ ਮੈਂ ਅਗਰ ਮਿਹਨਤ ਕਰੂੰ ਮੈਨੂੰ ਤਾਂ ਵਜ਼ੀਫਾ ਮਿਲਣਾ, ਦਿਨ ਰਾਤ ਖਪਦਾ। ਉਮੀਦ ਜਿਹੜੀ ਅਮਲ 'ਚ ਅਮਾਦਾ ਕਰੇ ਬੰਦਾ ਆਸ ਪਾਰੋਂ ਨੱਠਦਾ, ਸਗੋਂ ਜਿਹਨੂੰ ਪਤਾ ਚੱਲਦਾ ਕਿ ਮੈਂ ਜ਼ਮੀਨ ਖੋਦੂੰਗਾ ਇੱਥੋਂ ਮੋਤੀ ਨਿਕਲਿਆ, ਖੋਦਣਾ ਸ਼ੁਰੂ ਕਰ ਦਿੰਦਾ। ਉਮੀਦ ਪਾਰੋਂ ਤਾਂ ਕਰਦਾ, ਮਨ ਨਾ ਮਿਲਾ ਮਨ ਮਨ ਰਦਾ ਸ਼ਾਇ ਨਾ ਮਿਲਾ ਲਾ। ਜਦੋਂ ਉਮੀਦ ਹੁੰਦੀ ਕਿਸੇ ਸ਼ਾਇਦ ਦੀ, ਬੰਦਾ ਉਹਦੇ ਲਈ ਮਿਹਨਤ ਕਰ। ਮਨ ਖਾਫ ਆ ਮੈਨੂੰ ਸੈਨ ਹਾਰਾ ਬਾ ਮੈਨੋ, ਅਤੇ ਜਿਹੜਾ ਆਉਂਦਾ ਨਾ ਮੈਂ ਡਰਦਾ ਰੱਬ 'ਚੋਂ, ਪਰ ਮੈਂ ਜਿਹੜਾ ਕਿਸੇ ਸ਼ਾਇਦ ਤੋਂ ਡਰਦਾ ਉਹ ਤੋਂ ਨੱਠਦਾ। ਜਿਹੜਾ ਅੱਗ ਨੂੰ ਆਉਂਦਾ ਕਿਆ ਖਤਰਨਾਕ ਹੈ, ਨੇੜੇ ਆਉਂਦਾ ਪਰਾਂ ਭਾਈਦਾ, ਜ਼ਹਿਰ ਨੂੰ ਸਮਝਦਾ ਮੁੱਲ ਕਿਆ ਖਾਂਦਾ। ਜੇ ਸਮਝੇ ਕਿ ਗੁਨਾਹ ਔਰ ਮਾਸੀਅਤ ਅੱਲਾ ਦੀ ਨਾ ਫਰਮਾਈ ਆ ਵੀ ਪਾ ਦੇਣਾ, ਕਰੇ ਕੋਈ ਐਸਾ ਕਦੀ ਵੀ ਨਹੀਂ ਨਾ ਲੈ ਸਕਦਾ। ਇਸ ਤੋਂ ਹੀ ਖੁਦਾ ਦੇ ਕਈ ਨੇਕ ਬੰਦਿਆਂ ਔਰ ਔਲੀਆ ਅੱਲਾ ਦਾ ਪੜਿਆ, ਜਦੋਂ ਕਿਹੜੇ ਦਿਲ 'ਚ ਬੜਾ ਖਿਆਲ ਆਉਣਾ, ਲਾਗੇ ਬੱਤੀ ਬਲ ਰਹੀ ਜਾਣੀ ਦੀਵਾ ਸਰੋਂ ਦਾ ਲਾਟ ਚੁੱਕਿਆ ਮੂੰਹ ਦੇ ਲਾਗੇ ਕਹਿਣੀ ਹਾਏ ਪਰਾਂ, ਪਰ ਮੈਂ ਐਂ ਅੱਗ ਚੱਲ ਨਹੀਂ ਸਕਦਾ, ਦੁੱਧ ਖੇਲਣਾ ਚਾਹੁੰਦਾ ਤੂੰ, ਕੋਈ ਹਯਾ ਕਰ ਜਾਇ ਨਫਸ, ਤੂੰ ਮੈਨੂੰ ਉਹ ਗੱਲ ਸੁਣਾਉਣਾ ਚਾਹੁੰਦਾ, ਉਹ 70 ਗੁਣਾ ਤੇਜ਼ ਅੱਗ 'ਚ ਮੈਂ ਚਲਾ ਦਾ। ਯਾਨੀ ਅੱਲਾਹ ਤਾਲਾ ਦਾ ਦੀਨ ਇਹ ਦੱਸਦਾ ਬਈ ਜੇ ਕੈਦ ਦੀ ਪਾਬੰਦੀ ਕਰੋਗੇ, ਜਿਹੜੀਆਂ ਹਦੂਦ ਅੱਲਾਹ ਨੇ ਮੁਕਰ ਕੇ ਇਹਨਾਂ ਦੇ ਅੰਦਰ ਰਹੋਗੇ, ਇਸ ਦੁਨੀਆਂ 'ਚ ਸਕੂਨ ਦੀ ਜ਼ਿੰਦਗੀ, ਹਰ ਆਦਮੀ ਆਪਣੇ ਦਾਇਰੇ 'ਚ, ਕੋਈ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ, ਅਮਨ ਦੀ ਜ਼ਿੰਦਗੀ ਔਰ ਆਖਰਤ ਦੀ ਜੰਨਤ ਔਰ ਮਦਦ ਦੇ ਲਈ ਦੋ ਸ਼ਹਿਰ ਦਿੰਦੀਆਂ, ਜਿਹਨਾਂ ਪਰ ਇਨਸਾਨ ਤਕਵਾ ਇਖਤਿਆਰ ਕਰ ਸਕਦਾ, ਬੁਰਾਈਆਂ ਤੋਂ ਬਚ ਸਕਦਾ, ਨੇਕੀਆਂ ਕਰ ਸਕਦਾ। ਇੱਕ ਅੱਲਾਹ ਦੀ ਯਾਦ ਕਿ ਦਿਲ 'ਚ ਸਮਾ ਜਾਵੇ ਕਿ ਅੱਲਾਹ ਮੈਨੂੰ ਵੇਖ ਰਿਹਾ ਹੈ ਔਰ ਅੱਲਾਹ ਤਾਲਾ ਨੂੰ ਜਾ ਕੇ ਮੈਂ ਹਿਸਾਬ ਦੇਣਾ, ਮੇਰੀ ਕੋਈ ਸ਼ਹਿਦ ਤੋਂ ਛੁਪੀ ਨਹੀਂ, ਇਸ ਤੋਂ ਬਗੈਰ ਚਾਰਾ ਨਹੀਂ। ਔਰ ਦੂਸਰੇ ਪਾਸੇ ਆਖਰਤ ਦਾ ਖੌਫ, ਅੱਲਾਹ ਦੀ ਯਾਦ ਔਰ ਕਿਆਮਤ ਦੀ ਅਦਾਲ ਦਾ ਡਰ, ਅਤੇ ਇਨਸਾਨ ਨੂੰ ਬੁਰਾਈਆਂ ਤੋਂ ਬਚਾ ਕੇ ਰੱਖਦਾ। ਇਹਦੇ ਹੁੰਦੇ ਇਨਸਾਨ ਫਿਰ ਬੁਰਾਈ ਵੱਲ ਨਹੀਂ ਜਾਂਦਾ, ਵਰਨਾ ਕੋਈ ਸ਼ੈ ਨਹੀਂ ਬਚਾ ਸਕਦਾ, ਨਾ ਦੁਨੀਆਂ ਦੀ ਕੋਈ ਹਕੂਮਤ ਦਾ ਡਰ ਬਚਾ ਸਕਦਾ। ਲੋਕਾਂ ਕੋਲ ਬੜੇ ਤਰੀਕੇ ਆ, ਅਸਰ ਰਸੂਖ ਹੁੰਦਾ, ਰਿਸ਼ਵਤ ਹੁੰਦੀ ਆ, ਕੋਈ ਆਪਣਾ ਤਾਲੁਕ ਹੁੰਦੇ ਆ, ਜੁਰਮ ਕਰ ਕਰਾ ਕੇ ਭੱਜ ਜਾਂਦੇ, ਮੇਰੇ ਤੁਹਾਡੇ 'ਤੇ ਸ਼ਿਕੰਜਾ ਖਿੱਚ ਪੈ ਜਾਂਦਾ ਗੱਲ 'ਚ ਪੁਲਿਸ ਦਾ, ਤਗੜਿਆਂ ਨੂੰ ਪੁੱਛਦਾ ਹੀ ਕੋਈ, ਉਹ ਜਾਂਦੇ ਤਾਂ ਚੌਧਰੀ ਸਾਹਿਬ ਕਹਿ ਕੇ ਉਹਨਾਂ ਬੋਤਲਾਂ, ਕੋਈ ਕੁਛ ਨਹੀਂ ਕਰ, ਨਾ ਹਕੂਮਤਾਂ ਕਰ ਸਕਦੀਆਂ, ਨਾ ਕਾਨੂੰਨ ਕਰ ਸਕਦੇ। ਜ਼ਿਕਰੁੱਲਾਹ ਔਰ ਫਿਕਰੇ ਆਖਰ, ਅੱਲਾਹ ਯਾਦ ਰਵੇ ਔਰ ਕਿਆਮਤ ਯਾਦ ਰਵੇ। ਇਸ ਤੋਂ ਹੀ ਜਾਬਰਾਂ ਦਾ ਜੋ ਵੀ ਕਿ ਮੈਂ ਇਮਾਮ ਮੁਹੰਮਦ ਬਾਕਰ ਨੂੰ ਆਖਿਆ, ਇਮਾਮ ਸਾਹਿਬ ਅਸੀਂ ਤੁਹਾਡੇ ਨਾਲ ਮੁਹੱਬਤ ਰੱਖਦੇ, ਲਾ ਤਜ਼ਾ ਬੰਨਾ ਬਿਕਲ ਮਜ਼ਾਇਬ ਅਸਬਰ ਰਜੁਲ ਅਈ ਕੂਲ ਹਿੱਬ ਅਲੀ ਮਾਤਾ ਵੱਲਾ ਸੁਮਾ ਲਾਜਕੂਨ ਮਾਤਾ ਅਲੀ ਫਾਲ। ਉਹਨਾਂ ਆਖਿਆ ਜਾਬਰ ਸੁਣ, ਤੂੰ ਸਾਡਾ ਸ਼ਾਗਿਰਦ ਕੋਲ ਬਹਿਣਾ, ਸ਼ੈਤਾਨ ਤੁਹਾਨੂੰ ਇੱਧਰ ਉੱਧਰ ਦੇ ਰਸਤਿਆਂ ਦੇ ਨਾਲ ਚਲਾ ਦੇ, ਕਿਤੇ ਗੁੰਮਰਾਹ ਨਾ ਕਰ ਦੇ, ਤੁਹਾਡੀ ਮੱਤ ਨਾ ਮਾਰ ਦੇ ਕਿ ਮੁਹੱਬਤ ਰੱਖਦੇ ਹਾਂ। ਇੱਕ ਆਦਮੀ ਦੇ ਬੇਈਮਾਨ ਹੋਣ ਲਈ ਇੰਨਾ ਹੀ ਕਾਫੀ ਹੈ ਵੀ ਕਵੇ ਮੈਰੀ ਨਾਲ ਮੁਹੱਬਤ ਰੱਖਦਾ ਅਤੇ ਉਹਦੇ ਨਾਲ ਦੋਸਤੀ ਰੱਖਦਾ ਅਤੇ ਕੰਮ ਨਾ ਨੇਕ ਕਰੇ। ਇਹ ਉਹਦੇ ਬੇਈਮਾਨ ਹੋਣ ਲਈ ਕਾਫੀ ਹੈ ਵੀ ਕਹਿੰਦਾ ਮੈਰੀ ਨਾਲ ਮੁਹੱਬਤ ਰੱਖਦਾ ਮਗਰ ਕੰਮ ਨਹੀਂ ਠੀਕ ਕਰਦਾ। ਫਰੋ ਕਾਲਾ ਇੰਨੀ ਹਿੱਬ ਰਸੂਲ ਅੱਲਾ ਪਰ ਰਸੂਲ ਅੱਲਾ ਸਲ ਸਲਮ ਖੈਰ ਉਮਿਨ ਅਲੀ, ਪਰ ਮੈਂ ਅਲੀ ਜੇ ਰਹਿਣ ਦੇ, ਇੱਕ ਅਦਨਾ ਗੁਲਾਮ ਹੈ ਮੁਹੰਮਦ ਰਸੂਲ ਅੱਲਾ ਸਲ ਸਲਮ ਦਾ। ਇੱਕ ਆਦਮੀ ਮੂੰਹ ਇਹ ਆਉਂਦਾ ਕਿ ਮੈਂ ਨਬੀ ਅਲੈਹਿ ਸਲਾਮ ਨਾਲ ਮੁਹੱਬਤ ਕਰਨਾ, ਅਤੇ ਤੈਨੂੰ ਪਤਾ ਹੈ ਕਿ ਰਸੂਲ ਅਲੀ ਨਾਲੋਂ ਬਹੁਤ ਉੱਚੇ, ਅਲੀ ਉਹਨਾਂ ਦੇ ਮੁਕਾਬਲੇ ਕੀ, ਹਜ਼ੂਰ ਕਾਇਨਾਤ ਦੇ ਸਰਦਾਰ ਹੈ। ਸੁਮਾ ਲਾਇਤ ਤਬੋ ਸੀਰਤ ਵਲਾ ਯਾ ਮਰਬ ਸੁਨਤ, ਇਹਨਾਂ ਕਹਿ ਛੱਡਿਆ ਮੈਂ ਰਸੂਲਾਂ ਨਾਲ ਮੁਹੱਬਤ ਰੱਖਦਾ, ਨਾ ਆਪਦੀ ਸੀਰਤ 'ਤੇ ਅਮਲ ਕਰੇ ਅਤੇ ਨਾ ਸੁਨਤ 'ਤੇ ਚੱਲੇ, ਨਾ ਨਫਾ ਹੁੱਬ ਹੋਈ ਆ ਸ਼ਾਇਆ, ਅਤੇ ਦਿਨ ਕਿਆਮਤ ਦੇ ਰਸੂਲਾਂ ਨਾਲ ਉਸ ਪਿਆਰ ਦੇ ਉਹਨੂੰ ਕੁਛ ਵੀ ਫਾਇਦਾ ਨਹੀਂ ਦੇਣਾ, ਕੱਖ ਨਹੀਂ ਉਹਦਾ ਬਣਨਾ, ਰਸੂਲ ਦੇ ਤਰੀਕੇ 'ਤੇ ਹੀ ਨਹੀਂ ਚੱਲਿਆ। ਫਤਕੁੱਲਾ ਵਾਮਲਾ, ਇਸ ਤੋਂ ਡਰ ਜਾਓ ਅੱਲਾਹ ਤੋਂ, ਔਰ ਜੋ ਕੁਛ ਅੱਲਾਹ ਦੇ ਕੋਲ ਹੈ ਜੰਨਤ ਅਤੇ ਆਖਰਤ ਅਤੇ ਸਵਾਬ ਜੇ ਲੈਣਾ ਚਾਹੁੰਦੇ ਜੇ ਮਿਹਨਤ ਕਰੋ। ਲੈ ਸਾ ਬੈਨ ਅੱਲਾ ਬੈਨ ਆਹਦਿਨ ਕਰਾਵਾ, ਅਤੇ ਸੁਣ ਲਓ ਅੱਲਾਹ ਦੇ ਔਰ ਕਿਸੇ ਬੰਦੇ ਦੇ ਦਰਮਿਆਨ ਕੋਈ ਰਿਸ਼ਤੇਦਾਰੀ ਨਹੀਂ, ਨਾ ਨਬੀਆਂ ਨਾਲ ਉਹਦੀ ਰਿਸ਼ਤੇਦਾਰੀ ਹੈ, ਨਾ ਉਮਤੀਆਂ ਨਾਲ ਰਿਸ਼ਤੇਦਾਰੀ ਹੈ, ਉਹ ਕੋਈ ਨਸਬ ਨਹੀਂ ਉਹਦਾ, ਨਾ ਕੋਈ ਖਾਨਦਾਨ ਬਰਾਦਰੀ ਹੈ। ਇਸ ਤੋਂ ਕੋਈ ਆਖੇ ਮੇਰਾ ਰਿਸ਼ਤਾ ਝੂਠੀ ਗੱਲ, ਹੱਬਲੇ ਬਾਬ ਅੱਲਾਹ ਵਜੱਲਾ ਵਕਰਮ ਵਾਲੇ ਅੱਕਾ ਕੂੰ ਅੱਕਾ ਵਾਮਲ ਮਹਿਤਾ ਦੀ, ਅੱਲਾਹ ਨੂੰ ਆਪਣੇ ਬੰਦਿਆਂ 'ਚੋਂ ਸਭ ਤੋਂ ਜ਼ਿਆਦਾ ਪਿਆਰਾ ਉਹ ਆ, ਔਰ ਉਹ ਹੀ ਅੱਲਾਹ ਦੇ ਦਰਬਾਰ 'ਚ ਇੱਜ਼ਤ ਪਾਊਗਾ। ਅੱਕਾ ਜਿਹੜਾ ਅੱਲਾਹ ਤੋਂ ਬਹੁਤ ਡਰਦਾ ਰਹਿੰਦਾ, ਵਾਮਲ ਬਿਤਾ ਥੀ ਔਰ ਅੱਲਾਹ ਤਾਲਾ ਦੀ ਇਤਾਤ ਕਰਦਾ, ਤੁਹਾਡੇ ਹੁਕਮ ਮੰਨਦਾ। ਯਾ ਜਾਬਿਰ ਵੱਲਾ ਮਾਜੁਤ ਕਰ ਬਿੱਲਾ ਤਬਾਰਕ ਤਾਲਾ ਬਿਤਾ, ਕਿਆ ਸੁਣ ਲਾ, ਕੋਈ ਆਦਮੀ ਐਵੇਂ ਖਿਆਲੀ ਪੜਾਅ ਪਕਾਵੇ ਨਾ ਕਿ ਜ਼ਨਾ ਕਰੇ, ਸ਼ਰਾਬਾਂ ਪੀਵੇ, ਹਰਾਮ ਕਮਾਈ ਰੱਖੇ, ਨਹੀਂ ਆਪੇ ਅੱਲਾਹ ਛੱਡ ਜਾਣਾ, ਅਤੇ ਵਰਮਾ ਅੱਲਾਹ ਦਾ ਕੁਰਬ ਹਾਸਿਲ ਨਹੀਂ ਹੋ ਸਕਦਾ ਸਿਵਾਏ ਉਹਦੀ ਫਰਮਾ ਬਰਦਾਰੀ। ਉਹਦਾ ਹੁਕਮ ਮੰਨੇਗਾ ਤਾਂ ਨੇੜੇ ਆਵੇਗਾ, ਨਹੀਂ ਜੇ ਕੰਜਰਾਂ ਨੇ ਗੱਲਾਂ ਬਣਾਈਆਂ, ਚਿੱਕੜ ਭਿੰਨੀਆਂ ਨੂੰ ਗੱਲ ਆ ਲੈਂਦਾ, ਬਦਮਾਸ਼
کہ برے کام کرو تو اللہ اللہ طیب ہے، ان اللہ طیب لا یقبل اللہ طیبہ. اللہ دے رسول آ کیا اللہ آپ پاک صاف ہے، سوائے پاک صاف شاید کسی نے قبول نہیں کرنا. انہیں بدماشاں کیوں نڑے ہوں؟ ہاں اے دی رحمت ہے، بڑا حوصلہ ہوگا حلم میں اندر گزریا کہ بالکل گناہ ویندا مگر اس طرح چپ کر رہا جی انہیں ویکیا ہی نہیں، بہت مہرت دینا یہ حلم ہے ہوگا، ورنہ جب کر رہا ادو نہیں ویکنا، عذاب دینا تو ہونے نہیں ساری گردن تو بچ سکتا. مگر لمبا وقت دیتا بے شاید توبہ کر لے تو معافی مانگ لے، توبہ کرنے والے نہیں واقعی وہ بہت مہربان. مر مرن تک بھی بندے کا پت بن گیا توبہ کر لی تو بڑے درجے مل جاتے. ہو سکتا کئی نیکاں نالوں جڑے پہلے تو نیک نہ یہ اگے نکل جائے مگر توبہ تو کرے بعد. یہ جی حضرت عیسیٰ علیہ السلام کی مثال جی انجیل شریف چاہیے بھی پراڈیگل سن فضول خرچ بچہ کہ دو بیٹے سے ایک وڈا چھوٹا، وڈا بہت باپ باپ منن والا سی حکم کماؤں سی محنت کرتا، چھوٹا اجاڑ جڑ جا کرے وڈے نے تنگ آ کے نیک ربت کی مثال ہے مگر توبہ کرنا ہے. انہیں آخیا ابا جی دو حصہ جڑا دینا دیتا، لے کے پردیش چلا گیا، اتنے جا کے یاشیاں سارا اجاڑ دیتا. مڑ کے اینا تنگ ہویا کہ مسیح علیہ السلام فرماؤں دے قوم جی خنزیر پال دی سور، انہوں نے سور چڑھاونے شروع کرتے دیہی سے بے مینوں کوئی معاوضہ دیو، اور اتوں تک نوبت پہنچی پھر بکھ دی وہ خنزیرہ نے جڑے سے نا مکئی دے پٹے چھلیاں جنہوں نے تھوڑے جے چبالنے تھوڑے سر دینے انہیں ڈگیاں چک کے کھانی مندہ حال دسے آپ نے. تو مڑ کے پھر دل چ گل آئی ایک موقع تے تو میں پاویں کڈا برا میں باپ کا نہ فرمان نکلیا سب کچھ ہٹتا مگر میرے باپ دے دروازے تو بیگانے بہت سارے کھاندے ہیں. میں تو پتر جی میں مڑ جاواں تو جا کے پیری پی جا باپ تو مینوں ہوں اپنے نہ بیٹیاں جنا سمجھ میں پت خواؤن جوگا نہیں رہا مگر میں اپنے نہ ملازمہ چ رکھ لاں تو مینو یقین ہے میرا باپ میرے سینے لا توبہ دی گل. واپس آیا باپ نے سنیا کئی سال گزر گئے باپ جڑا سی انہیں ملازمان آخیا بے لباس لے جاؤ خوشبو لے جاؤ صابن لے جاؤ نوایا توایا کپڑے پوائے بدوایا تے نال حکم دیتا بے واجے بجاؤ والے واجے بجاؤ ایک بچڑا ذبح کیتا دیگاں پکاونیاں شروع کرتیاں. وہ وڈا بھرا شام نو مڑیا انہیں آخیا اتنے بنسریاں بج رہی اور کھانے پک رہے لوگوں نے آخیا تیرا بھرا مڑیا تو اس آخیا سارا کوئی برباد کر کے آیا تو ابا وہ آ خوشیاں کرتا میں انی مدت خدمت کی تھی میرے باپ نے کہی مرغ بھی ذبح نہیں کی ایک کوکو نہیں پکایا بچڑے والا ذبح ہو گیا. ناراض ہو کے مڑ پیا باہر ابے نے لوگوں دسیا گیا انہیں جا کے سینے نہ لایا انہیں آخیا پتر تیری کوئی قدر یہ نہ کٹ بہت زیادہ تو فرما بردار ہے مگر تینوں پتا ہونا چاہیے بھی تیرا بھرا میرے اور تیرے لیے مر چکا اسی بلا چکے سی بہن نہیں ہونا دنیا سے یہ مویا زندہ ہوا جدو کیا بھرا کی اکھان چی آنسو آ گئے سینے نہ لا دے. اسے گل اللہ دے رسول اللہ علیہ وسلم فرمایا گناہگار دی توبہ اللہ اپنے فرشتوں سے اینی خوشی کرتا جویں کسی کا گم شدہ سامان مل گیا گم شدہ ڈھونڈتا. نبی کیوں آئے کتاباں بھی گواچ گیا بھول گیا ظالین بہت دور بھول کے چلے گئے آواز دو کو مڑ پہن مڑ پہن والوں سینے نہ لگتا ایک ٹھیک ہے گل مگر کوئی مڑے ہی نہ آ رہا رہے تو پھر کہے نا کہ رب کو کم چل جانا ہے پائی شیطانی توک یہ فریب آدھا ہے یہ کوئی رب کی رحمت کی امید نہیں آتے امید ہے تو نٹ پا آ جا جفا مار لا لٹ لا. تو فرمایا جابر تبارک تعالی اللہ دتا کہ اللہ کا قرب نہیں ملنا نہ رب کی خوشنودی ملنی ہے جب تک حکم نہیں منے گا وما مانا برات من النار اللہ اکبر. دو تین پشتوں رسول اللہ کی اولاد فرمایا سارے کول کوئی ایسا چیک نہیں جہاں اسی کہہ دیے بھی اسی دوزخ تو بری ہیں سارے کو اپنے کو ہے نہیں کوئی دوزخ تو نہیں بچ سکتا نہ اسی بچ سکتے ہیں ورا اللہ علیہ حد من حجہ نہ ساڈے پلے نہ تواڈے پلے کسے کو ایسی دلیل نہیں جہاں رب نو اسے ہرا دے کہ میں اس پروں جنت مینوں ملنی چاہیے نہیں کر سکتا کوئی. من کان اللہ مطیعن فہولنا ولی سن لا جڑا اللہ کا حکم منوں گا وہی ساڈا محب ہے انہوں کہاں گے اللہ رسول اللہ محبت رکھتا من کان اللہ آسین فوالنا ادو اور جڑا اللہ دی نافرمانی کرے وہ ہزار کرے کہ میں اللہ دے رسول نو مننا صحابہ نو مننا اللہ جھوٹ بول دشمن ہے ساڈا وما تنال ولایتنا الا بالور عمل والورا اور ساڈی محبت نصیب نہیں ہونی جب تک تو عمل نہیں کرے گا اور حرام کماں تو نہیں بچے گا اے پرہیز کرے گا تج گل بننی ہے ورنہ ککھ نہیں بننا اینا خیالی پورا پکایا ککھ نہیں. شیخ چلی سنیا کہ شیخ چلی ٹوکرا چکی جاتا سی
ਅੰਡਿਆਂ ਦਾ ਕਹਿਣ ਲੱਗਾ ਅੱਛਾ ਇਹ ਅੰਡੇ ਮੁਰਗੀਆਂ ਥੱਲੇ ਰੱਖੂੰਗਾ, ਮੁਰਗੀਆਂ ਫਿਰ ਉਹ ਬੱਚੇ ਕੱਢਣਗੀਆਂ, ਬੱਚਿਆਂ ਦਾ ਫਿਰ ਆਹ ਹੋਊਗਾ, ਫਿਰ ਆਹ ਖਰੀਦੂੰਗਾ, ਗਾਹ ਖਰੀਦਿਆਂ ਖਰੀਦਿਆਂ ਜੋ ਜਾ ਤੇ ਬੱਚੇ ਪੈਦਾ ਹੋਣਗੇ ਉਹ ਮੈਨੂੰ ਛੇੜਨਗੇ, ਮੈਂ ਆਹ ਕਰੂੰ, ਐਸਾ ਕਿਆ ਟੋਕਰਾ ਹੋ ਗਿਆ ਸਾਰਾ ਕੁੱਟ ਉੱਠ ਗਿਆ। ਇਹ ਸ਼ੇਖ ਚਿੱਲੀ ਦੀਆਂ ਸਕੀਮਾਂ ਕਿ ਕਰਨਾ ਕਰਾਉਣਾ ਕੁਛ ਨਹੀਂ, ਜੰਨਤ ਮਿਲ ਕਦੀ ਨਹੀਂ ਆਉਣਾ। ਤੋ ਇਸ ਪਾਰੋਂ ਅੱਲਾਹ ਪਾਕ ਨੇ ਮੇਰੇ ਤੁਹਾਡੇ 'ਚ ਅਗਰ ਇਹ ਸ਼ਾਇਦ 'ਚ ਰੱਖੀ, ਖਾਣਾ ਪੀਣਾ ਕੋਈ ਬੁਰੀ ਸ਼ਾਇਦ, ਅੱਲਾਹ ਨੇ ਇਹਦੇ ਲਈ ਬੇਸ਼ੁਮਾਰ ਨਾਮਤਾਂ ਪੈਦਾ ਕੀਤੀਆਂ ਕਿ ਤੁਸੀਂ ਬਚੇ ਰਹੋ, ਤਾਕਤ ਹੋਊਗੀ ਇਹਦੇ ਨਾਲ, ਸਾਰੇ ਦੀਨ ਦੇ ਕੰਮ ਕਰੋਗੇ ਦੁਨੀਆ, ਔਰ ਅਗਰ ਔਲਾਦ ਜਣੋਗੇ ਜ਼ਮੀਨ ਬਾਦ ਰਹੂਗੀ, ਰੌਣ ਕਰੋ, ਮਗਰ ਪਾਬੰਦੀ ਕਰੋ, ਤਕਵਾ ਹਰਾਮ ਤੋਂ ਬਚ ਕੇ ਹਦੂਦ ਦੇ ਅੰਦਰ ਰਹੋ, ਔਰ ਇਹਦੇ ਲਈ ਦੋ ਸ਼ਾਇਆਂ ਤੁਹਾਡੀਆਂ ਮੁਹਾਫਜ਼ ਆ, ਬਿਲਕੁਲ ਬਾਡੀ ਗਾਰਡ ਦੀ ਤਰ੍ਹਾਂ ਰਹਿਣਗੀਆਂ। ਮੈਂ ਜਦੋਂ ਬੁਰਾ ਖਿਆਲ ਆਵੇ ਸੋਚ ਕਿ ਮੇਰਾ ਖੁਦਾ ਮੈਨੂੰ ਵੇਖ ਲਿਆ, ਮੈਂ ਖੁਦਾ ਨੂੰ ਜਵਾਬ ਦੇਣਾ, ਔਰ ਨਾਲ ਇਹ ਸੋਚ ਕੇ ਜਦੋਂ ਅੱਲਾਹ ਦੀ ਅਦਾਲਤ ਆਉਣੀ ਆ, ਯਾਮਾ ਤੁਬਲ ਸਰਾਇਰ, ਤੂੰ ਕਰਲਾ ਚਲਾਕੀਆਂ ਗੱਲਾਂ ਕਰ ਕਰਕੇ ਮਨਾ ਲਾ, ਵਿਆਹ ਹੋਇਆ ਤਿਆ ਹੋਇਆ, ਰੱਬ ਜਾਣਦਾ ਵੀ ਤੂੰ ਕੀ ਹੇਰਾ ਫੇਰੀ ਕੀਤੀ ਹੈ, ਕੀ ਧੋਖਾ। ਇਸ ਪਾਰੋਂ ਯਾਮਾ ਤੁਬਲ ਸਰਾਇਰ, ਡਰ ਜਾ ਉਸ ਦਿਨ ਤੋਂ ਜਿਸ ਦਿਨ ਠੁਪੇ ਰਾਤ ਨੰਗੇ ਹੋ ਜਾਣਾ ਹੈ, ਤੂੰ ਲੁਕਾ ਲੁਕਾ ਕੇ ਗੁਨਾਹ ਕੀਤੇ ਨਾ ਤੇ ਐਨ ਰੀਲ ਚੱਲ ਰਹੀ ਹੋਣੀ, ਤੂੰ ਨੰਗਾ ਜਨਾ ਕਰਦਾ ਦਿਖਾ ਰਿਹਾ ਦਾਇਰ ਹੋਣਾ, ਤੂੰ ਟੱਕਰੀ ਚਿਹਰਾ ਫੇਰੀ ਕਰਦਾ ਦਿਸ ਰਿਹਾ ਹੋਣਾ, ਰਿਸ਼ਵਤ ਲੈਂਦਾ ਦਿਸ ਰਿਹਾ, ਹੈਂ ਕੀ ਬਣੂੰਗਾ ਫਿਰ ਉੱਥੇ, ਬਚਾ ਦੀ ਕੋਈ ਸੂਰਤ ਦੀ ਫਮਾ ਲਹੂ ਮਿਨ ਕੁਵਤ ਵਲਾ ਨਾਸਰ, ਨਾ ਤੇਰੇ ਆਪਣੇ 'ਚ ਇੰਨੀ ਤਾਕਤ ਹੋਣੀ ਹੈ ਵੀ ਤੂੰ ਨੱਠ ਜਾਵੇਂ, ਅਤੇ ਨਾ ਮਦਦ ਲਈ ਕੋਈ ਆਉਣਾ ਹੀ, ਤੂੰ ਆਖਿਆ ਨਾ ਕਿਧਰੋਂ ਕੋਈ ਹਮਾਇਤੀ ਆ ਜਾ, ਕਿਸੇ ਨਹੀਂ ਆਉਣਾ, ਬਚ ਜਾ, ਤਿਆਰ ਹੋ ਜਾ ਉਸ ਵਕਤ ਲਈ, ਉਸ ਵਕਤ ਕੋਈ ਤੇਰੀ ਇਮਦਾਦ ਰਹਿਮਾਦਰੀ ਨਹੀਂ ਆਉਣਾ, ਤੇਰੇ ਆਪਣੇ ਅਮਲ ਨਾਲ ਹੋਣੇ। ਕੁਰਾਨ ਪਾਕ ਜਦੋਂ ਇਹ ਮੰਦਰ ਜਗ੍ਹਾ ਜਾ ਕੇ ਬਿਆਨ ਹੁੰਦਾ, ਜਿਹੜੇ ਬਿਲਕੁਲ ਗਰੀਬੀ ਹੈ ਨਾ, ਜਿਹਨਾਂ ਨੂੰ ਆਦਮੀ ਆਉਂਦਾ ਇਹ ਵੀ ਯਾਰ ਮੈਨੂੰ ਕਦੀ ਵੀ ਨਹੀਂ ਛੱਡਦੇ, ਪਰ ਮੈਂ ਤੇਰਾ ਬੇਟਾ, ਤੇਰੀ ਬੀਵੀ, ਤੇਰੇ ਮਾਂ ਪਿਓ, ਤੇਰੇ ਭਰਾ, ਤੇਰਾ ਕਬੀਲਾ ਨੱਠ ਜਾਣ, ਯਾ ਮੈਂ ਫਿਰ ਮਰੋ ਮੈਂ ਆਖੀ ਭਰਾ ਨੱਠ ਜਾਣਾ, ਇਹ ਵੀ ਆਖਿਆ ਇਹ ਨਾ ਸਮਝਣੇ ਕਿ ਇਵੇਂ ਮਣਖਣਾ ਰਹਿ ਜਾ ਵੀ ਯਾਰ ਜੇ ਵੇਂਦੇ ਤਾਂ ਜ਼ਰੂਰ ਮਰ ਗਏ, ਯਾ ਮੈਂ ਬਸ ਰੋਣਾ, ਅਸੀਂ ਦਿਖਾਵਾਂਗੇ, ਕੋਲ ਖੜੇ ਕਰਾਂਗੇ, ਕਿਆ ਵੇਖ ਲਾ ਫਸਿਆ, ਨੱਠ ਜਾਣ, ਤੋਬਾ ਤੋਬਾ ਯਾਰ ਲਾ, ਇਹ ਜਾਣੇ ਤੇ ਇਹਦਾ ਕੰਮ ਜਾਣੇ, ਅਸੀਂ ਕੋਈ ਨਹੀਂ। ਫਿਰ ਮੈਂ ਕਿਉਂ ਇਹਨਾਂ ਦੇ ਭਰੋਸਿਆਂ 'ਤੇ ਗੁਨਾਹ ਕਰਨਾ, ਇਹਨਾਂ ਨੂੰ ਹਰਾਮ ਕਮਾ ਕੇ ਖਵਾਉਣਾ, ਇਹ ਪੁਲਟ ਖੜੇ ਹੋ ਜਾਣਗੇ ਕਿ ਇਸ ਹਰਾਮ ਕਮਾਇਆ ਸਾਨੂੰ ਖਵਾਇਆ, ਸਾਨੂੰ ਵੀ ਇਹਨੇ ਇਹ ਬੁਰੇ ਕੰਮਾਂ 'ਚ ਪਾਇਆ, ਫਸਦਾ ਰਹੇਗਾ। ਹੁਣ ਜ਼ਮਾਨਾ ਗੁਜ਼ਰ ਗਿਆ, ਲੋਕ ਐਵੇਂ ਵਾਧੀ ਹੋ ਗਏ, ਘਰ ਜੰਮਦਿਆਂ ਨੂੰ ਉਰਦੂ ਸਿਖਾਉਂਦੇ ਫਿਰਦੇ, ਨਾ ਉਰਦੂ ਹੀ ਆਉਂਦੀ ਇਹਨਾਂ ਬੱਚਿਆਂ ਨੂੰ, ਨਾ ਪੰਜਾਬੀ ਰਹੀ, ਇਹਨਾਂ ਨੇ ਆਪਣੀ ਜ਼ਬਾਨ ਹੀ ਖਰਾਬ ਕੀਤੀ, ਫੈਸ਼ਨ ਦੇ ਦਿਲਦਾਦਾ, ਨਾ ਇਹਨਾਂ ਦੀਆਂ ਮਾਵਾਂ ਨੂੰ ਉਰਦੂ ਆਉਂਦੀ, ਉਸਤਾਦਾਂ ਨਹੀਂ ਆਉਣੀ ਇਹਨਾਂ ਨੂੰ ਕੀ ਆਉਣੀ, ਐਵੇਂ ਜਾਲੀ ਦੀ ਉਰਦੂ ਸਿਖਾਉਂਦੇ, ਪੰਜਾਬੀ ਮਾੜੀ ਸੀ, ਇੱਕ ਜ਼ਬਾਨ ਸੀ, ਜ਼ਬਾਨਾਂ ਵੀ ਖੁੱਬੜੀਆਂ, ਅੱਲਾਹ ਦੀ ਤਰਫੋਂ ਇਹ ਸਾਰਾ ਅੱਲਾਹ ਦਾ ਫਜ਼ਲ ਹੈ ਵੀ ਮੁਖਤਲ ਪੰਜਾਬੀ ਨਹੀਂ ਪੜ੍ਹਦੀ। ਇਸ ਤੋਂ ਆਲਮਾਂ ਨੂੰ ਵੀ ਆਖੀ ਦੇ ਨਾ ਕਹਿੰਦੇ ਯਾਰ ਇਹ ਪੰਜਾਬੀ 'ਚ ਅਸੀਂ ਪੜ੍ਹਨੀ ਚਾਹੀਦੀ, ਭੁੱਲ ਗਿਆ, ਵਰਨਾ ਏਡੀਆਂ ਆਰ ਆਲਾ ਤਫਸੀਰਾਂ, ਤਫਸੀਰ ਮੁਹੰਮਦ ਦੀ 7 ਜਿਲਦਾਂ ਮਨਜ਼ੂਮ ਨਜ਼ਮ ਪੰਜਾਬੀ, ਹਾਫਿਜ਼ ਮੁਹੰਮਦ ਲਖਵੀ ਰਹਿਮਤੁੱਲਾਹ ਲਿਖੀ, ਸਾਰੀ ਤਫਸੀਰਾਂ ਦਾ ਨਿਚੋੜ ਕਰ ਦਿੱਤਾ, ਜ਼ੀਨਤੁਲ ਇਸਲਾਮ ਲਿਖੀ, ਅਵਾਲ ਆਖਰਤ ਲਿਖੀ, ਹੋਰ ਬੜੇ ਬੜੇ ਸ਼ਾਇਰ ਹੋ ਜਾਣ। ਤੋ ਸੂਫੀ ਹਿਦਾਇਤੁੱਲਾਹ ਲਾਹੌਰੀ ਸੀ, ਸੀ ਹਰਫੀਆਂ ਸੀ, ਸੀ ਹਰਫੀ 30 ਹਰਫ ਹੈ ਉਰਦੂ ਦੇ, ਅਲਫ ਬੇ ਤੇ ਸੇ ਤੋਂ ਚੱਲਦੇ, ਉਹ ਇੱਕ ਹਰਫ ਪਹਿਲਾਂ ਅਲਫ ਲਿਆ ਤੋਂ ਫਿਰ 4 ਮਿਸਰੇ ਬਣ ਜਾਂਦੇ, ਬੇ ਤੋਂ ਫਿਰ ਇਹ ਸੀ ਹਰਫੀ ਕਹਿੰਦੇ, ਬੜੀਆਂ ਨਸੀਹਤ ਭਰੀਆਂ। ਤੋ ਸੂਫੀ ਸਾਹਿਬ ਉਹਦੇ ਲਿਖਦੇ, ਦਾਲ ਦੂਰ ਗੁਰੂਰ ਕਰ ਮਗਦ ਵਿੱਚੋਂ, ਦੁਨੀਆ ਖਾਬ ਜਾਣੀ ਮਤਵਾਲਿਆ, ਇਹ ਦਿਮਾਗ 'ਚੋਂ ਕਰਦੇ ਸ਼ਰਾਰਤਾਂ, ਇਸ ਦੁਨੀਆ ਨੂੰ ਤੂੰ ਨਸ਼ੇ 'ਚ ਪਿਆ, ਬੇਹੋਸ਼ ਹੋਇਆ, ਖਾਬ ਸਮਝ, ਇਹ ਸੁਪਨਾ ਹੀ, ਤੂੰ ਆਉਣਾ ਮੇਰੀਆਂ ਕੋਠੀਆਂ ਬਕਾਰਾਂ ਬੈਂਕ ਬੈਲੈਂਸ ਕੁਛ ਨਹੀਂ, ਜਦੋਂ ਮੌਤ ਆਈ ਤੈਨੂੰ ਇੰਝ ਨਜ਼ਰ ਆਉਣਾ ਵੀ ਉਹ ਯਾਰ ਸੁਪਨਾ ਹੀ ਸੀ, ਕਿੱਧਰ ਗਈਆਂ, ਖਾਬ ਚਾਦਨੀ ਵੇਖੇ, ਮੈਂ ਬਾਦਸ਼ਾਹ ਤਖ਼ਤ ਆ, ਫੌਜਾਂ ਖੜੀਆਂ, ਅੱਖ ਖੁੱਲਦੇ ਪਤਾ ਲੱਗਦਾ ਕੁਛ ਵੀ, ਇਹ ਤਾਂ ਵਹਿਮ ਸੀ। ਦਾਲ ਦੂਰ ਗੁਰੂਰ ਕਰ ਮਗਜ਼ ਵਿੱਚੋਂ, ਦੁਨੀਆ ਖਾਬ ਜਾਣੀ ਮਤਵਾਲਿਆ, ਲੁਕਮੇ ਚਰਬ ਖਵਾ ਕੇ ਨਫਸ ਜ਼ਾਲਮ, ਵੈਰੀ ਬਗਲੇ ਅੰਦਰ ਤਦ ਪਾਲਿਆ, ਇਹਨੂੰ ਮੋਟਾ ਕਰਨਾ ਹੈ, ਮੇਰੀ ਸਿਹਤ ਆ ਗਈ ਕੀ ਆ, ਕੀੜਿਆਂ ਹੀ ਖਾ ਜਾਣਾ ਹੀ ਨਾ, ਔਖਾ ਹੋ ਸੇ ਵਕਤ ਹਿਸਾਬ ਦੇਣ, ਦਫ਼ਤਰ ਮੁਨਸ਼ੀਆਂ ਜਦੋਂ ਨਿਕਾਲਿਆ, ਕੀ ਦੇ ਜਵਾਬ ਹਿਦਾਇਤੁੱਲਾਹ, ਪੁੱਛਣ ਤੁੱਧ ਨੂੰ ਜਦੋਂ ਮੂੰਹ ਕਾਲਿਆ, ਮੂੰਹ ਕਾਲਾ ਹੋਇਆ ਵਾਲਾ ਕੁਰਾਨ ਦਾ, ਤੇ ਮੂੰਹ 'ਚ ਮੈਂ ਸਹੀ ਮਰਗਣੀ, ਦੁਨੀਆ ਵੇਖਦਾ ਹੀ ਤਾਂ ਜਾਣੂੰਗੀ, ਜਾ ਮੰਨ ਲਓ ਜੀ ਮਿਸਲ ਫਰਮਾਇਆ, ਉਸ ਦਿਨ ਕਿਸੇ ਮੁਜਰਮ ਨੂੰ ਪੁੱਛਣ ਦੀ ਵੀ ਲੋੜ ਨਹੀਂ ਪੈਣੀ, ਇਹ ਵੀ ਨਹੀਂ ਪੁੱਛਣਾ ਪੈਣਾ ਵੀ ਇਹਨੇ ਗੁਨਾਹ ਗਿਆ, ਕਿਹੜਾ ਹੀ ਦੱਸਦਾ, ਹਰ ਬੰਦੇ ਨੇ ਪਹਿਚਾਣਨਾ ਇਹ ਤਾਂ ਮੁਜਰਮ ਆ, ਇਹਨੇ ਤਾਂ ਕਸੂਰ ਕੀਤਾ, ਔਖਾ ਹੋ ਸੈਂ ਵਕਤ ਹਿਸਾਬ ਦੇਣ, ਦਫ਼ਤਰ ਮੁਨਸ਼ੀਆਂ ਜਦੋਂ ਨਿਕਾਲਿਆ ਹੋਏ, ਕੀ ਦੇ ਜਵਾਬ ਹਿਦਾਇਤੁੱਲਾਹ, ਪੁੱਛਣ ਤੁੱਧ ਨੂੰ ਜਦੋਂ ਮੂੰਹ ਕਾਲਿਆ,
جڑا سنبھل گیا. قرآن اسے لیے اتریا, اللہ دے رسول اترے اتق اللہ, کہ وہ وقت آن تو پہلا بچ جاؤ. اتق اللہ تقوا اصل وقوا عربی زبان سے تے ہے نہیں, پہلا وا ہے وقایا تم چ لکھا وقا یقین وقایا تھا اپنے آپ کو بچانا, اور وا نو بدل کے عربوں کا طریقہ تے بنا تقوا ہو گیا بچانا. فرمایا بچا لو آ گیا, جب بچاؤنا جے تو بچا لو ورنہ پھر وہ تو بچاؤ کی کوئی صورت نہیں, پھر کنے مدد لی آنا. اس طرح اللہ رسول اسلام دعائی دے دے کے آخیا, حضرت فاطمہ نو آخیا, صفیہ پھپھی نو آخیا, باس چاچے نو آخیا, نہ لے کے عام تے گل وکری جی نا, انہوں نے کلے کلے نو صحیح بخاری تے آخیا فاطمہ بنت رسول اللہ اپنے آپ نو دوزخ دی اگ تو بچا لا کروں, کیونکہ دن قیامت دے میں تیرا کچھ نہیں کر سکتا. اے صفیہ رسول اللہ دی پھپھی اپنی فکر کر لو, جے تو اس مان تے رہی نا کہ ہے میرا بھتیجا تے گل کوئی نہیں ہونی, رام لو کو لکیا میرا اللہ شایا میرے واسطے اس دن کی ہونا جڑا میں تینوں خدا تو بچا لوا. من لو گل جڑی آخنا بچا ہو جو گا, نہیں منو گے تو پھر کوئی کسی پاسوں امداد نہیں آنی, پھنس جاؤ گے. تو اللہ رب العالمین اس پاروں بے ہوں یہ گلا ہے غیب دیا, بے نہ خدا دستا نہ قیامت دسی, جہاں دونوں شاید دسیاں نا بے تو بچاؤ گیا گنا وہ دونوں ہوں سامنے بھی نہیں, اللہ بھی نہیں دستا کتنا یاد رکھے بل بھول جانا, اور نہ قیامت کی کوئی گل ہے رب رسول دسیا ہی نہ سامنے نہیں. بندہ نو نقد نو منتا تینا ادھار نو نہیں مل. اس بارو اللہ پاک نے اپنے فضل و کرم نہ کچھ پھر بندوبست کیتے بھی انہوں بندیاں نو یاد رکھاؤ لی کوئی تدبیر ہونی چاہیے, کوئی نسخے جڑے ورتن کہ انہوں نے شفا ہو جائے, نہ بھول ہی سکن مینو تے نہ قیامت کی یاد دلان چ نکلے. انہوں نسخیا جو ایک نسخہ چند دن بعد آ رہا, اللہ مہربانی فرمائے تو اسی ہوں وہ دروازے دکھنے. رمضان المبارک جڑا نا خدا کے دسے نسخے چوں ایک بہترین نسخہ ہے جڑا تقوا پیدا کرتا, اور تقوی کی دونوں شہیں جڑی اللہ کے قیامت دونوں یاد کرو. ظاہر بات ہے تو میں پیاس نہ مرن دیا, ٹھنڈا پانی وہدا کوئی نہیں, میں اسے پینا کہڑی شاید مجھے روک لی, مگر ایک سیکنڈ پہلا اذان مغربی اور تو پہلا مجھے گانا این ہزار لگا میں نہیں مانتا. کیوں نہیں مانتا؟ میں وینا یار اللہ وے, میں اللہ کا حکم ہے. اس بار وہ مجھے یاد آتا ایک میجر پارسی فوج کا افسر, وہ مسلمان آن کا سبب یہ بن گیا. رمضان شریف کے دن سے ایک سپاہی کو کچھ ایسا خلاف ورزی ہوئی قانون کی, انہوں پٹھو لگ گیا, سامان اتنے لکھ دے لگ دے دے سارا دن چکر لا اس گراؤنڈ کا بےچارا دورا زور کا وقت ہوا, صاحب اپنے خیمے بٹھا ویخ لا, وہ نڑکے تے گیا وضو کیتا اور انہیں نواز لی پانی نہیں پیتا سخت گرم. میجر نے بلایا, انہیں آخیا بندیا خدا دیا میں ویخ رہا کہہ رہا تو پانی نہیں پیتا ہے اس کی گرمی چاہیے مندے حال سدا پوچھ رہا. انہیں آخیا صاحب میں روزہ رکھا. انہیں آخیا روزہ کی بڑا؟ انہیں آخیا میرے رب کا حکم ہے کہ اس مہینے صبح تو شام تک تھی کھانا پینا. انہیں آخیا یار کون میرا تین پی لوں؟ انہیں آخیا وہ ویندا نا میرے حکم خدا نے. اس آخیا یار اسلام کے بارے مجھے کوئی کتاباں دے, میں اس دین پڑھا کہ تو اینا تینوں خدا یاد ہے کلا ویخ رہا. وہ کتاباں ملنا پڑھن تو بعد مسلمان ہویا, اور انگریزوں نے اپنی فوج تو ڈسچارج کر دیا. یہ ساڈا ایک افسر جڑا مسلمان ہو گیا برطانوی دور, وہ پھر نواب باول پور نے اپنے بلا لیا, انہوں بڑا عہدہ دیتا, اتنے اپنی فوج جڑی سی وہ حوالے کی. مگر ویکو کہ مسلمان کا صرف یہ اللہ نے ایک خیال کیا, انہیں آخیا اللہ ویخ تو روزہ سوائے دے ہور کون رکھو, دوجے کھانے پیندے نے سارے چاہیے ہونے لگ جانا رمضان انہوں کے گھر شاید چولہا بھی نہ پڑے, کسی نے نہیں پتا لگنا کہ رمضان آیا کہ نہیں. جہاں عیسائی ہندو سکھان کے دن ہے اسی طرح, بلکہ مر جان کی گل ہے بے ہندوستان کا وزیر خارجہ آیا سکھ سی, انہوں نے ایئرپورٹ تے کنجرا نام مرادا نے ان کے سامنے پیش کیا پانی شربت جڑے ہے پاکستانی. انہیں آخیا نا 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 میں کیسے ملک سے جتنے کے لوگ اس مہینے کا احترام کرتے نہیں کھانے پیندے, اس کو میں نہیں کھانا. اندازہ کرو انہوں نے منہ سے تب تمانچے کہ کافر نے آخیا بھی شرم کرو یار, تھی مسلمان اس مہینے کا احترام کریں میں کیوں کھاؤں؟ یہاں کوئی نہیں ہوٹلوں شراباں پیندے تنا کر دے, اللہ یہاں کا وارث ہے بالکل دین تو دور ہوئے. تو ایک پاسے اللہ کی یاد, دوجے پاسے ساری محنت کھپن کھپاؤ کی, اتنے کی لبدا
ਸ਼ਾਮ ਨੂੰ ਨਟਾਲ ਹੋ ਕੇ ਬੇਚਾਰਾ ਡਿੱਗ ਜਾਂਦਾ, ਰਾਤਾਂ ਨੂੰ ਨਫਲ ਪੜ੍ਹਨੇ ਪੈਂਦੇ। ਸਿਰਫ ਜਿਹੜਾ ਇਹਤਸਾਬ ਆ ਕਿਆਮਤ ਦੇ ਦਿਨ ਸਵਾਬ ਦੀ ਉਮੀਦ, ਜਿਸ ਤੋਂ ਅੱਲਾਹ ਦੇ ਰਸੂਲ ਸਲਾਮ ਫਰਮਾਇਆ ਮਨ ਸਾਮਾ ਰਮਜ਼ਾਨ ਆਈ ਮਾਨ ਇਹਤਸਾਬ। ਇਹ ਦੋ ਗੱਲਾਂ ਕਹੀਆਂ ਵੀ ਜਿਹੜਾ ਰਮਜ਼ਾਨ ਸ਼ਰੀਫ ਦੇ ਰੋਜ਼ੇ ਰੱਖੇ ਈਮਾਨ ਨਾਲ, ਮੰਨ ਕੇ ਇਕੱਲਾ ਹੈ ਤਾਂ ਉਹਨੇ ਰਸੂਲ ਭੇਜਿਆ ਤੇ ਉਹਦੀ ਕਿਤਾਬ ਦਿੱਤੀ, ਪਹਿਲਾਂ ਈਮਾਨ ਦਰੁਸਤ ਕਰੇ। ਵਰਨਾ ਕਈ ਆ ਇਹ ਹੁਣ ਡਾਕਟਰ ਇਹਨਾਂ ਦਿਨਾਂ 'ਚ ਲਿਖਣਗੇ ਵੀ ਫਾਕਾ ਕਰਨਾ ਫਲਾਣੀ ਫਲਾਣੀ ਬਿਮਾਰੀ ਨੂੰ ਫਾਇਦਾ ਹੁੰਦਾ, ਇਸ ਤੋਂ ਇਹਨਾਂ ਚੰਗਾ ਰੋਜ਼ਾ ਹੈ, ਬੇਦੀਨੀ ਹੁੰਦਾ ਫਾਇਦਾ ਜਾਂ ਨਹੀਂ ਹੁੰਦਾ, ਬਾਹਤੀਆਂ ਗੱਲਾਂ ਇੱਕੋ ਹੀ ਸ਼ਾਇਦ। ਇਸ ਖਾਤਰ ਅਗਰ ਤੁਸੀਂ ਰੋਜ਼ਾ ਰੱਖਿਆ ਵੀ ਮੈਨੂੰ ਫਾਕਾ ਕੀਤਿਆਂ ਕੋਈ ਮੇਦੇ ਨੂੰ ਆਰਾਮ ਆ ਜਾਣਾ, ਕੱਖ ਵੀ ਨਹੀਂ ਲੱਭਣਾ। ਜਿਹਨੇ ਇਸ ਤੋਂ ਰੋਜ਼ਾ ਰੱਖਿਆ ਈਮਾਨ ਕਿ ਮੇਰਾ ਖੁਦਾ ਅੰਦਰ ਇਸ ਹੁਕਮ ਨੂੰ ਪਹੁੰਚਾਉਣ ਵਾਲੇ ਅੱਲਾਹ ਦੇ ਰਸੂਲ ਹੈ ਅਤੇ ਕੁਰਾਨ ਬਰਹੱਕ ਹੈ, ਵਖਤ ਸਾਬਨ ਅਤੇ ਹੋਰ ਕੋਈ ਗਰਜ਼ ਨਹੀਂ, ਸਿਰਫ ਸਵਾਬ ਦੀ ਨੀਅਤ, ਇਸ ਤੋਂ ਫਿਕਰੇ ਆਖਰਤ ਔਰ ਜ਼ਿਕਰੇ ਇਲਾਹ। ਅੱਲਾਹ ਦਾ ਯਾਦ ਰੱਖਣਾ ਔਰ ਆਖਰਤ, ਇਹਦੇ ਲਈ ਇਹ ਮਹੀਨਾ ਇੱਕ 29-30 ਦਿਨ ਐਸਾ ਹੈ ਕਿ ਇਮਾਮ ਮੂਸਾ ਕਾਜ਼ਮ ਅਲੈਹਿਸ ਸਲਾਮ ਫਰਮਾਉਂਦੇ ਮਿਜ਼ਮਾਰ ਇਹ ਵੇਖਿਆ ਰੇਸ ਕੋਰਸ ਗਰਾਊਂਡ ਬਣੇ ਆ, ਘੋੜੇ ਦੌੜਾਉਂਦੇ ਉੱਥੇ ਦੌੜ ਆਉਂਦੀ ਹੈ, ਉਹਦਾ ਘੋੜਾ ਅੱਗੇ ਨਿਕਲ ਗਿਆ। ਫਿਰ ਮੈਂ ਇਹ ਮਿਜ਼ਮਾਰ ਆ, ਆਪਣੇ ਘੋੜੇ ਜਿਹੜੇ ਉਹਨੂੰ ਕੱਸ ਲਓ, ਤਿਆਰ ਹੋ ਜਾਓ, ਲਾਈਨ 'ਚ ਖੜ੍ਹੇ ਹੋ ਜਾਓ, ਇੱਕ ਦੋ ਤੀਨ ਹੋਣਾ ਦੌੜਾ ਦਿਓ ਔਰ ਈਦ ਵਾਲੇ ਦਿਨ ਫੈਸਲਾ ਹੋਣਾ ਵੀ ਇਸ ਦੌਰ 'ਚ ਕੌਣ ਅੱਗੇ ਨਿਕਲਿਆ। ਕਈ ਹੱਸਦੇ ਸੀ ਤਾਂ ਇਮਾਮ ਨੇ ਫਰਮਾਇਆ ਇਹ ਬੇਵਕੂਫ ਉਸ ਦਿਨ ਹੱਸ ਰਿਹਾ ਜਿਹਦੇ ਜਾਇਜ਼ਾ ਲੈਣ ਦਾ ਵੇਲਾ ਪਿਆ, ਇਹਨਾਂ ਨੂੰ ਇਨਾਮ ਮਿਲਣਾ ਕਿ ਇਹਨਾਂ ਖਾਲੀ ਰਹਿ ਜਾਣਾ। ਅੱਜ ਤਾਂ ਰਿਜ਼ਲਟ ਆਊਟ ਹੋਣਾ ਹੈ, ਅਗਰ ਇਹਨਾਂ ਨੇ ਅੱਲਾ ਰਸੂਲ ਦੀ ਗੱਲ ਮੰਨੀ ਆ ਮਹੀਨੇ 'ਚ ਕਾਮਯਾਬੀ ਦਾ ਦਿਨ, ਖੁਸ਼ੀਆਂ ਮਨਾਉਣੀਆਂ ਚਾਹੀਦੀਆਂ, ਔਰ ਜੇ ਨਹੀਂ ਕੁਛ ਕੀਤਾ ਤਾਂ ਰੋਣ ਦਾ ਦਿਨ। ਇਸ ਤੋਂ ਹਜ਼ਰਤ ਅਲੀ ਰਜ਼ੀ ਅੱਲਾਹ ਫਰਮਾਉਂਦੇ ਸੀ ਕਿ ਈਦ ਦਾ ਨਾਂ ਕੋਈ ਨਹੀਂ, ਵੀ ਚੰਗੇ ਖਾਣੇ ਖਾ ਲਓ ਅਤੇ ਚੰਗੇ ਕੱਪੜੇ ਪਹਿਨ ਲਓ, ਇੰਨਾ ਮਲ ਈਦ ਮਨ ਕਬਿਲ ਅੱਲਾ ਸਿਆਮਾ ਉਹ ਸ਼ਕਰ ਕਿਆਮਾ। ਈਦ ਤਾਂ ਭਾਈ ਉਹਨੂੰ ਮਨਾਉਣ ਦਾ ਹੱਕ ਹੈ ਜਿਹਦੇ ਰੋਜ਼ੇ ਰੱਬ ਨੇ ਕਬੂਲ ਕਰ ਲੈ ਅਤੇ ਜਿਹਦੇ ਰਾਤਾਂ ਦੇ ਨਫਲ ਰੱਬ ਨੇ ਮੰਨ ਲੈ ਉਹਨੂੰ ਹੱਕ ਪਹੁੰਚਦਾ ਕਿ ਖੁਸ਼ੀਆਂ ਕਰੇ, ਰੱਬ ਦਾ ਸ਼ੁਕਰ ਅਦਾ ਕਰੇ, ਜਾ ਕੇ ਦੁਗਾਨਾ ਅਦਾ ਕਰੇ ਕਿ ਸ਼ੁਕਰ ਹੈ ਰੱਬ ਤੇਰਾ। ਹੈ ਜਦੋਂ ਕੀਤਾ ਕਿਰਾਇਆ ਕੋਈ ਨਹੀਂ ਕਾਹਵਾ, ਅਤੇ ਖਾਂਦੇ ਪੀਂਦੇ ਫਿਰਦੇ ਅਸੀਂ ਜੇ ਪਿਕਨਿਕ ਮਨਾਉਣ ਚੱਲੇ, ਅਸੀਂ ਗੱਟ ਵਾਲੇ ਚੱਲਿਆ, ਐਵੇਂ ਕੁੜੀਆਂ ਮੁੰਡੇ ਲਈ ਫਿਰਨ, ਰੋਣ ਦਾ ਦਿਨ ਹੈ ਤੁਹਾਡਾ, ਤੁਸੀਂ ਕਹਿੰਦੇ ਖੁਸ਼ੀਆਂ ਕਰਦੇ, ਕੋਈ ਕੰਮ ਕਰ ਲਓ। ਇਸ ਤੋਂ ਇਹ ਮਹੀਨਾ ਜਿਹੜਾ ਆ ਰਿਹਾ ਨਾ, ਹੁਣ ਅੱਜ ਦਾ ਖੁਤਬਾ ਇਹ ਹੀ ਹੈ ਕਿ ਦੀਨ ਤਕਵਾ, ਅੱਲਾਹ ਦੀ ਹਦੂਦ ਦੀ ਪਾਬੰਦੀ ਕਰੋ, ਇਹ ਬੇਲਗਾਮੀ ਔਰ ਆਜ਼ਾਦੀ ਨੂੰ ਛੱਡੋ, ਹਦੂਦ ਦੇ ਪਾਬੰਦ ਹੋ ਜਾਓ, ਮਗਰ ਹਦੂਦ ਹੋ ਜਿਹੜੀਆਂ ਅੱਲਾਹ ਨੇ ਮੁਕਰ ਕੀਤੀ, ਔਰ ਇਹ ਪਾਬੰਦੀ ਨਹੀਂ ਹੋਣੀ ਦੱਤ ਕੱਲਾ ਦੀ ਯਾਦ ਦਿਲਾਂ 'ਚ ਨਾ ਸਮਾਈ ਔਰ ਆਖਰਤ ਦੀ ਫਿਕਰ ਜਿਹੜੀ ਨਾ ਉਹ ਦਿਲ 'ਚ ਨਾ ਬੈਠੀ, ਇਹਨਾਂ 'ਚ ਨਹੀਂ ਆਉਣੀ, ਔਰ ਇਹਨੂੰ ਪੈਦਾ ਕਰ ਲਈ ਅੱਲਾਹ ਨੇ ਇੱਕ ਮਹੀਨਾ ਜਿਹੜਾ ਇਹਦੇ 'ਚ ਮਸ਼ਕ ਕਰਾਈ ਹੈ, ਹੈਂ ਦਿਨ ਰਾਤ ਇਹ 'ਚ ਲਗਾਇਆ ਕਿ ਬੰਦਾ ਪੜਾਉਣਾ ਵੀ ਚਾਹੇ ਜਿਹੜਾ ਮੁਸਲਮਾਨ ਨਹੀਂ ਪੜਾ, ਅੱਲਾਹ ਹੀ ਅਜਿਹੇ ਹੁਕਮ ਨੂੰ ਮੰਨ ਕੇ ਛੱਡ ਦਿੰਦਾ, ਖਾਣਾ ਪੀਣਾ ਉਹਦੇ ਹੁਕਮ ਨਾਲ ਸ਼ੁਰੂ ਕਰ ਦਿੰਦਾ। ਅੱਲਾਹ ਤਾਲਾ ਦਾ ਹੁਕਮ ਐਸਾ, ਅਜ਼ਾਨ ਹੋ ਗਈ ਫਜ਼ਰ ਦੀ, ਮੁਅਜ਼ਿਨ ਖੜਾ ਹੋਇਆ ਅੱਲਾਹੁ ਅਕਬਰ, ਜਿਵੇਂ ਨਮਾਜ਼ ਅੱਲਾਹੁ ਅਕਬਰ ਤੋਂ ਚੱਲਦੀ ਹੈ, ਰੋਜ਼ਾ ਕਦ ਤੋਂ ਚੱਲਿਆ, ਐਲਾਨ ਹੋਇਆ ਕਿ ਕਾਇਨਾਤ ਦਾ ਮਾਲਿਕ ਬਹੁਤ ਵੱਡਾ, ਤੁਸੀਂ ਉਹਦੇ ਅਦਨਾ ਗੁਲਾਮ ਜੋ ਦੀ ਰਹੀਏ, ਜੇ ਤੁਹਾਡੀ ਜ਼ਿੰਦਗੀ ਮੌਤ ਉਹਦੇ ਕਬਜ਼ੇ 'ਚ, ਜਿੰਨੇ ਦਿਨ ਚਾਹੇ ਰਹਿਣ ਦੇ, ਜਿੰਨੇ ਦਿਨ ਚਾਹੇ ਲੈ ਦੇ, ਔਰ ਇਸ ਦੁਨੀਆਂ 'ਚ ਵੀ ਜਿੰਨਾ ਚਿਰ ਤੁਸੀਂ ਹੈਗੇ ਜੇ, ਉਹਨਾਂ ਚਿਰ ਤੱਕ ਵੀ ਤੁਹਾਡੀ ਕਿਸਮਤ ਉਹਦੇ ਹੱਥ 'ਚ ਆ, ਕਿਸੇ ਨੂੰ ਗਨੀ ਕਰੇ, ਕਿਸੇ ਨੂੰ ਫਕੀਰ ਕਰੇ, ਕੋਈ ਚੋਣ ਨਹੀਂ ਕਰ ਸਕਦਾ। ਆਪਣੀਆਂ ਕੋਸ਼ਿਸ਼ਾਂ ਤਰਬੀਆਂ ਨੇ, ਕਈਆਂ ਨੇ ਜ਼ੋਰ ਲਾ ਲਿਆ ਵੀ ਅਸੀਂ ਖੁਸ਼ਹਾਲ ਹੋ ਜਾਈਏ, ਨਹੀਂ ਹੋਏ। ਮੌਲਾਨਾ ਸ਼ਬੀਰ ਅਹਿਮਦ ਉਸਮਾਨੀ ਰਹਿਮਤੁੱਲਾ ਆਪਣੇ ਹਵਾਸ਼ੀ 'ਚ ਲਿਖਦੇ ਫਾਰਸੀ ਦਾ ਸ਼ਾਰ, ਕਈ ਰਿਜ਼ਕ ਦਾ ਮਾਮਲਾ ਸਾਦੀ ਫਰਮਾਉਂਦਾ ਐਸਾ ਹੈ ਕਿ ਇੱਥੇ ਬੜੇ ਬੜੇ ਦਿਨਾਂ ਦੀ ਮੱਤ ਮਾਰੀ ਗਈ ਹੈ, ਹੈਰਾਨ ਆ ਕਿ ਯਾਰ ਮੈਂ ਇੰਨੀਆਂ ਡਿਗਰੀਆਂ ਲਈ ਫਿਰਦਾ ਹੈ, ਇੰਨਾ ਪੜ੍ਹਿਆ ਲਿਖਿਆ ਹੈ, ਸਮਝਦਾ ਵੀ ਕਰੋ, ਮੈਨੂੰ ਕੱਖ ਨਹੀਂ ਲੱਭਦਾ, ਭੁੱਖਾ ਮਰਦਾ, ਇਹ ਬੇਵਕੂਫ ਆ, ਬਿਲਕੁਲ ਜਾਹਿਲ ਆ, ਗੱਡੀਆਂ ਦੌੜਾਂ ਦੀ ਹੈਂ। ਅਗਰ ਰੋਜ਼ੀ ਬਦਾਨਸ਼ ਬਰ ਫਜ਼ੂਲੇ ਜੇ ਨਾ ਤਾਂ ਤੰਗ ਤਰ ਰੋਜ਼ੀ ਨਾ ਹੋਵੇ, ਜੇ ਰੋਜ਼ੀ ਅਕਲਾਂ 'ਤੇ ਹੁੰਦੀ ਤਾਂ ਬੇਵਕੂਫਾਂ ਤੋਂ ਜ਼ਿਆਦਾ ਭੁੱਖਾ ਕੋਈ ਨਾ ਮਰਦਾ। ਬਨਾ ਦਾ ਚੁਣਾ ਰੋਜ਼ੀ ਰਸਾਨਤ ਕੇ ਦਾਨਾ ਅੰਦਰੋ ਹੈਰਾਨ ਮਨ, ਸਗੋਂ ਬੇਵਕੂਫਾਂ ਨੇ ਇੰਨਾ ਦੇ ਰਿਹਾ ਅਤੇ ਬੜੇ ਬੜੇ ਦਾਨਾ ਹੈਰਾਨ। ਇੱਥੇ ਕੱਖ ਨਹੀਂ, ਤਕਦੀਰ ਚੱਲ ਰਹੀ ਹੈ, ਉਹਦਾ ਆਪਣਾ ਹੁਕਮ ਚੱਲਣਾ, ਇਹਨੂੰ ਛੱਡ, ਇਹਦੀ ਬਜਾਇ ਲੱਗ ਕਿ ਜਿਹੜਾ ਦੁਨੀਆਂ ਦੇ ਚਾਰ ਦਿਨ ਅੱਲਾਹ ਨੂੰ ਖੁਸ਼ ਕਰ ਲਾ, ਰਾਜ਼ੀ ਕਰ। ਔਰ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਰੋਜ਼ੇ 'ਤੇ ਹੋਰ ਸਬਕ ਵੀ ਸਿੱਖਿਆ, ਉਹ ਹੀ ਹਜ਼ਰਤ ਅਲੀ ਵਾਲਾ ਕਿ ਜਿਤਨਾ ਸਵੇਰ ਤੋਂ ਸ਼ਾਮ ਤੱਕ ਭੁੱਖਾ ਰਿਹਾ, ਸ਼ਾਮ ਨੂੰ ਕੀ ਹਾਲ ਹੈ, ਇਹ ਅਗਰ ਖਾਣੇ ਨਾ ਹੁੰਦੇ ਕੀ ਬਣ। ਜਦੋਂ ਸੋਚਦਾ ਵੀ ਉਹ ਗਰੀਬ ਜਿਹਦੇ ਬੱਚੇ ਸਾਰਾ ਸਾਲ ਇਹ ਹੈ ਕਿ ਸ਼ਾਮ ਤੱਕ ਉਡੀਕਦੇ ਵੀ ਘਰ 'ਚ ਕੁਛ ਪੱਕੇ, ਪਹਿਲੇ ਕੁਛ, ਬਾਪ ਖੁਦਕੁਸ਼ੀਆਂ ਕਰ ਗਏ, ਮਾਵਾਂ ਨੇ ਜ਼ਹਿਰਾਂ ਖਾ ਲਈਆਂ, ਕਈਆਂ ਨੇ ਬੱਚੇ ਮਰ, ਅਤੇ ਮੁਸਲਮਾਨ ਵਹਿੰਦੇ ਰਹਿ ਅਤੇ ਅਸੀਂ ਵੀ ਖਾ ਪੀ ਰਹਿਣਾ, ਸਾਨੂੰ ਕੀ।
ਕਿਸੇ ਨਾ ਸੋਚਿਆ ਵੀ ਇਹ ਸਾਰਿਆਂ ਦਾ ਕਤਲ ਤੁਹਾਡੇ ਦਿਨ ਹੈ। ਕਾਤਲ ਉਹ ਹੀ ਨਹੀਂ ਸਿਰਫ ਜਿਹੜੇ ਲੋਕਾਂ ਦਾ ਗਲਾ ਘੁੱਟ ਦਿੰਦੇ, ਤੁਸੀਂ ਕਾਤਲ। ਤੁਸੀਂ ਆਰਾਮ ਨਾਲ ਖਾਧਾ ਪੀਤਾ, ਕਿਸੇ ਨੂੰ ਖਿਆਲ ਨਾ ਆਇਆ ਵੀ ਯਾਰ ਇੰਨੇ ਯਤੀਮ ਬੈਠੇ ਆ, ਬੇਵਾਵਾਂ ਬੈਠੀਆਂ, ਮਕਰੂਜ਼ ਬੈਠੇ ਆ। ਇਸ ਤੋਂ ਅੱਲਾਹ ਦੇ ਰਸੂਲ ਸਲਾਮ ਦੇ ਬਾਰੇ ਹਦੀਸ ਪਾਕ ਚਾਹੁੰਦਾ ਕਿ ਹਰ ਹੱਥ ਨਬੀ ਅਲੈਹਿ ਸਲਾਮ ਦਾ ਹੱਥ ਇਸ ਤਰ੍ਹਾਂ ਸੀ ਜਿਵੇਂ ਤੇਜ਼ ਰਫਤਾਰ ਹਵਾ ਹੁੰਦੀ, ਲੁਟਾਈ ਜਾਂਦੇ ਸੀ। ਮਗਰ ਰਮਜ਼ਾਨ ਸ਼ਰੀਫ ਚ ਆ ਕੇ ਜਿਹੜਾ ਬਹੁਤ ਨਾ ਮਾਮਲਾ ਬਣ ਜਾਂਦਾ, ਕਦੀ ਫਿਰ ਨਾ ਨਹੀਂ ਸੀ ਦੇਈ ਜਾਂਦੀ। ਹੁਣ ਕਰੋੜਾਂ ਅਰਬਾਂ ਚ ਖੁਦਾ ਨੇ ਦਿੱਤਾ, ਉਹ ਬੰਦੇ ਸੋਚਣ ਵੀ ਇਹ ਜਿਹੜੇ ਦੂਜੇ ਇਹਨਾਂ ਨੇ ਕੋਈ ਜੁਰਮ ਕੀਤਾ, ਸਾਡੇ ਸਿਰ 'ਤੇ ਕੋਈ ਸਰਖਾਬ ਦੇ ਪਰਸ। ਸਿਰਫ ਇਮਤਿਹਾਨ ਹੋਇਆ ਕਿ ਸਾਨੂੰ ਰੱਬ ਨੇ ਦੇ ਕੇ ਵੇਖਿਆ ਵੀ ਮੇਰਾ ਬੰਦਾ ਆਵੇ ਜਾਂ ਇਹਨਾਂ ਨੂੰ ਪਤਾ ਲੱਗੇ ਕਿ ਸਮਝਣਾ ਇੱਕ ਰੱਬ ਦਾ ਬੰਦਾ, ਜਿਹਦੇ ਅਸੀਂ ਬੰਦੇ ਉਹਦਾ ਹੀ ਬੰਦਾ, ਅਤੇ ਉਹ ਮਰ ਰਿਹਾ ਅਤੇ ਅਸੀਂ ਉਹਦੀ ਖਬਰ ਲਈਏ, ਉਹਦੀ ਖਿਦਮਤ ਕਰੀਏ। ਇਹ ਉਹ 'ਤੇ ਅਹਿਸਾਨ ਨਹੀਂ, ਸਾਡਾ ਆਪਣਾ ਭਲਾ ਵੀ ਰੱਬ ਨੇ ਸਾਡੇ ਖਾਤਾ ਖੋਲ੍ਹਤਾ। ਇਹ ਬੱਚਤ ਦੇ ਖਾਤੇ ਆ, ਬਾਂਡ ਹੈ, ਦੁਨੀਆ ਦੌੜ ਪੈਂਦੀ ਖਰੀਦ ਲਓ, ਉਹ ਜੇ ਅੱਲਾਹ ਦਾ ਰਸੂਲ ਆਉਂਦਾ ਬਿਆ ਉਹ ਖਰੀਦ ਲਓ, ਬਾਂਡ ਵਿਕ ਰਿਹਾ, ਦੇ ਦਿਓ ਰੱਬ ਦੇ ਨਾਂ 'ਤੇ ਇਸ ਗਰੀਬ ਨੂੰ। ਇਹ ਠੀਕ ਹੈ ਦੁਨੀਆ ਦਾ ਬਾਂਡ ਨਹੀਂ ਮਗਰ ਖੁਦਾ ਦਾ ਬਾਂਡ, ਔਰ ਇਹ ਬਾਂਡ ਆ ਜਦੋਂ ਕੁਰਾਨ ਪਾਕ ਉਤਰਿਆ ਅੱਲਾਹ ਪਾਕ ਨੇ ਫਰਮਾਇਆ, ਅੱਲਾਹ ਭਾਈ ਕਿਸ ਤਰ੍ਹਾਂ ਸਾਡੇ ਦਿਲਾਂ ਨੂੰ ਹਿਲਾਇਆ, ਐਸੇ ਐਸੇ ਤਰੀਕੇ ਨਾਲ ਆਵਾਜ਼ ਦਿੱਤੀ ਹੈ ਵੀ ਅੱਲਾਹ ਨੂੰ ਮੰਨਣ ਵਾਲਾ ਬੰਦਾ ਜਿਹੜਾ ਨਾ ਦੁਆਈ ਦੇ ਉੱਠਦਾ ਕਿ ਰੱਬ ਤੂੰ ਆਵਾਜ਼ ਦੇ। ਸੂਰਾ ਬਕਰਾ ਜਦੋਂ ਅੱਲਾਹ ਦੇ ਰਸੂਲ ਨੇ ਪੜਿਆ, ਮਨ ਅੱਲਾਹੀ ਯੁਕਰਜ਼ ਅੱਲਾਹ ਕਰਨ ਹਸਨ ਫੈਜ਼ਾ ਫਹੁ ਲਹੁ ਅਜ਼ਾਫਨ ਕਸੀਰਾ, ਕੋਈ ਹੈ ਜਿਹੜਾ ਖੁਦਾ ਨੂੰ ਉਧਾਰ ਦੇ ਕਿ ਜਿਹਦੇ ਆਖਿਆ ਅੱਲਾਹ ਕੋ ਉਧਾਰ ਦੋ, ਮਗਰ ਉਹਦੇ ਨਾਲ ਵੱਡਾ ਕਲਮਾ ਇਹ ਆ ਵੀ ਜਿਵੇਂ ਬਾਜ਼ਾਰ 'ਚ ਕੋਈ ਹੋਕਾ ਦਿੰਦਾ ਵੀ ਯਾਰ ਕੋਈ ਹੈ ਜਿਹੜਾ ਮੇਰੀ ਮਦਦ ਕਰੇ। ਅੱਲਾਹ ਕਾਇਨਾਤ ਦਾ ਮਾਲਿਕ ਜਿਹੜਾ ਪੱਲਿਓ ਲੋਕਾਂ ਨੂੰ ਦਿੰਦਾ, ਉਹਨਾਂ ਆਵਾਜ਼ ਦਿੱਤੀ ਮਨ ਦਕਲ ਮਨ ਅੱਲਾਹੀ ਯੁਕਰਜ਼ ਅੱਲਾਹ ਕਰ, ਕੋਈ ਹੈ ਵੀ ਐਡੇ ਹੌਸਲੇ ਵਾਲਾ ਜਿਹੜਾ ਅੱਲਾਹ ਨੂੰ ਉਧਾਰ ਦੇ। ਅਤੇ ਵਰਨਾ ਇਹ ਵੀ ਨਹੀਂ ਵੀ ਅੱਲਾਹ ਨੇ ਕੋਈ ਮਾਰ ਲੈਣਾ ਫੈਜ਼ਾ ਫਾਊ ਲਉ ਅਜ਼ਾਫਨ ਕਸੀਰਾ, ਇਹ ਭਾਈ ਤੁਹਾਡੇ ਨਫੇ ਲਈ ਖਾਤਾ ਖੋਲ੍ਹਿਆ ਵੀ ਥੋੜ੍ਹੀਆਂ ਜਿਹੀਆਂ ਕੌੜੀਆਂ ਦੇ ਦਿਓ, ਅੱਗੇ ਮੋਤੀ ਮਿਲਣਗੇ, ਬੇਸ਼ੁਮਾਰ ਗੁਣਾ ਤੁਹਾਨੂੰ ਹੋਰ ਦਊਂਗਾ। ਜਦੋਂ ਰਸੂਲ ਕਰੀਮ ਅਲੈਹਿ ਸਲਾਮ ਨੇ ਐਲਾਨ ਕੀਤਾ, ਉਸ ਵੇਲੇ ਹਜ਼ਰਤ ਅਬੂ ਦਹਦਾ ਰਜ਼ੀ ਅੱਲਾਹ ਤਾਲਾ ਮਦੀਨੇ ਸ਼ਰੀਫ ਦੇ ਸੀ, ਦੋ ਬਾਗ, ਇੱਕ ਚੜ੍ਹਦੇ ਪਾਸੇ ਇੱਕ ਲਈ ਆਲੀਆ ਇੱਕ ਸਾਫਰਾ, ਤਿੰਨ ਤਿੰਨ ਸੌ ਬੂਟਾ ਖਜੂਰ, ਸਭ ਤੋਂ ਜ਼ਿਆਦਾ ਆਲਾ ਬਾਗ ਉਹਨਾਂ ਦੀ। ਉਹਨਾਂ ਸੁਣ ਕੇ ਪੁੱਛਿਆ ਅੱਲਾਹ ਦੇ ਰਸੂਲ ਅੱਲਾਹ ਕਰਨ ਮੰਗਦਾ, ਰਸੂਲ ਕਰੀਮ ਫਰਮਾਇਆ ਹਾਂ ਜ਼ੁਲਮ ਵਲਾ ਦੀ, ਉਹ ਖੁਦਾ ਮੰਗਦਾ ਜਿਹੜਾ ਨਾ ਜ਼ਾਲਮ ਆ ਅਤੇ ਕਿਸੇ ਦਾ ਮਾਰ ਲਵੇ, ਅਤੇ ਨਾ ਇਹ ਆ ਵੀ ਉਹਦੇ ਪੱਲੇ ਕੋਈ ਨਹੀਂ, ਲੋਕ ਇਸ ਤੋਂ ਮੰਗਦੇ ਹੈ ਨਹੀਂ, ਨਾ ਇਸ ਪਾਰੋਂ ਮੰਗ ਰਿਹਾ ਵੀ ਉਹਦੇ ਕੋਲ ਹੈ ਨਹੀਂ, ਅਤੇ ਨਾ ਇਹ ਆ ਵੀ ਲੈ ਕੇ ਮਾਰ ਲੈਣਾ, ਸਿਰਫ ਤੁਹਾਡੀ ਬਿਹਤਰੀ ਲਈ ਇੱਕ ਤਰੀਕਾ ਸੋਚਿਆ ਵੀ ਇਹਨਾਂ ਨੂੰ ਆਖਾਂ ਦੁਨੀਆ ਦਾ ਦੇ ਦਿਓ ਅਤੇ ਅੱਗੇ ਲੈ ਲਿਓ। ਹੁਣ ਆਖਿਆ ਅੱਲਾਹ ਦੇ ਰਸੂਲ ਅਗਰ ਮੈਂ ਉਹ ਦੋਵੇਂ ਬਾਗ ਅੱਲਾਹ ਦੇ ਰਸਤੇ ਦੇ ਦਿਓ, ਮੈਨੂੰ ਕੀ ਮਿਲੂਗਾ? ਰਸੂਲ ਕਰੀਮ ਅਲੈਹਿ ਸਲਾਮ ਨੇ ਫਰਮਾਇਆ, ਜੰਨਤ ਦੇ ਆਲਾ ਉੱਚੇ ਮਹੱਲ ਅਤੇ ਉੱਚੀਆਂ ਉੱਚੀਆਂ ਖਜੂਰਾਂ ਜਿਹੜੀਆਂ ਕਦੀ ਨਹੀਂ ਖਤਮ ਹੋਣਾ। ਉਸ ਆਖਿਆ ਕੌਣ ਜ਼ਾਮਿਰ ਹੈ? ਅੱਲਾਹ ਦੇ ਰਸੂਲ ਅਲੈਹਿ ਸਲਾਮ ਫਰਮਾਇਆ ਮੈਂ ਜ਼ਾਮਿਰ। ਉਹਨੇ ਆਖਿਆ ਅੱਲਾਹ ਦੇ ਰਸੂਲ, ਫਿਰ ਅਰਬਾਂ ਦਾ ਤਰੀਕਾ ਵੀ ਹੱਥ ਕਰਦਾ ਦੋਵਾਂ ਗਾਹ ਕਿਤੇ ਦੂਸਰਾ ਇਸ ਤਰ੍ਹਾਂ ਹੱਥ ਹੱਥ ਪਾਉਂਦੇ, ਸਫ਼ਕਤ ਤੋਂ ਯਾਦ ਰਲ ਯਾਦ ਕੱਢੋ ਆਪਣਾ ਆਪ, ਮੈਂ ਤੁਹਾਡੇ ਹੱਥ 'ਤੇ ਸੌਦਾ ਕੀਤਾ। ਹਜ਼ੂਰ ਦੇ ਹੱਥ ਨਾਲ ਮਨਾ ਫਰਮਾਇਆ ਦੋਵੇਂ ਬਾਗ ਖੁਦਾ ਦੇ ਰਸਤੇ 'ਚ ਦੇ ਦਿੱਤੇ, ਅਤੇ ਹਜ਼ੂਰ ਨੇ ਫਰਮਾਇਆ ਵਾਹ ਵਾਹ, ਮਗਰ ਨਾਲ ਇਹ ਕਿਹਾ ਅਬੂ ਦਹਦਾ ਇੱਕ ਰਹਿਣ ਦੇ ਬਾਲ ਬੱਚੇ ਲਈ ਇੱਕ ਕਬੂਲ ਹੈ। ਉਹਨੇ ਆਖਿਆ ਅੱਛਾ ਅੱਲਾਹ ਦੇ ਰਸੂਲ ਅਗਰ ਇਹ ਆ ਅਤੇ ਜਿਹੜਾ ਆਲਾ ਆ ਨਾ ਉਹ ਮੈਂ ਦੇ ਦਿੱਤਾ, ਜਿਹੜਾ ਉਸ ਤੋਂ ਜ਼ਰਾ ਕਾਤਿਆ ਰੱਖ ਲਿਆ। ਹਜ਼ੂਰ ਨੇ ਆਖਿਆ ਮੁਬਾਰਕ ਆ ਮੁਬਾਰਕ ਆ, ਗਏ ਅਤੇ ਬਾਗ 'ਚ ਬੀਵੀ ਬੱਚੇ ਟਹਿਲਦੇ ਫਿਰਦੇ ਸੀ, ਖਜੂਰਾਂ ਇਕੱਠੀਆਂ ਕੀਤੀਆਂ ਚੌੜੀਆਂ, ਦਰਵਾਜ਼ੇ 'ਤੇ ਖੜਾ ਹੋ ਗਿਆ ਕਿ ਅੰਮੋ ਦਾਦਾ ਇਹ ਖਜੂਰਾਂ ਸਿੱਟ ਦਿਓ, ਬਾਗ ਤੋਂ ਨਿਕਲਾ ਕਿਉਂਕਿ ਬਾਗ ਦਾ ਸੌਦਾ ਹੋ ਚੁੱਕਾ। ਹੁਣ ਆਖਿਆ ਅਬੂ ਦਾਦਾ ਕਿਹਨੂੰ ਵੇਚਿਆ? ਪਰ ਮੈਂ ਅੱਲਾਹ ਦੇ ਹੱਥ ਗਈ, ਰਸੂਲ ਅੱਲਾਹ ਜ਼ਾਮਨ ਹੋ ਗਿਆ, ਜੰਨਤ ਦਾ ਵਾਅਦਾ ਹੋ ਗਿਆ। ਉਸ ਫਿਰ ਉਮਰ ਦਾਦਾ ਨੇ ਆਖਿਆ ਜਿਹਨਾਂ ਦੇ ਦਿਲਾਂ 'ਚ ਈਮਾਨ ਸੀ, ਜਿਹੜਾ ਅੱਲਾਹ ਦਾ ਇਹ ਰੋਜ਼ੇ ਦੇ ਨਮਾਜ਼ਾਂ ਮੈਂ ਕੱਦ ਪੜੋ, ਮੈਨੂੰ ਕਿਉਂ ਚੱਲਣਾ? ਬਈ ਉਹ ਦੋਵੇਂ ਸ਼ਾਇਆਂ ਜਿਹੜੀਆਂ ਮੱਲਾ ਵੀ ਯਾਦ ਰਵੇ ਵੀ ਕਹਿੰਦੇ ਨੀਂਹਾਂ ਰਹਿੰਦੀਆਂ, ਇਹ ਚੇਤਾ ਕਰਾਉਣ ਲਈ ਤੁਹਾਨੂੰ ਇਹ ਮਸ਼ਕਾਂ ਕਰਾਉਣਾ। ਉਮਰ ਦਾਦਾ ਰਜ਼ੀ ਅੱਲਾਹ ਆਖਿਆ ਰੱਬ ਹੱਥ ਤਜਾਰਤ ਕਰ, ਇਹੋ ਜਿਹੀਆਂ ਬੀਵੀਆਂ ਚਾਹੀਦੀਆਂ ਕਿ ਅਬੂ ਦਾਦਾ ਮੁਬਾਰਕ ਹੋਵੇ ਤੈਨੂੰ, ਤੂੰ ਬੜਾ ਨਫ਼ਾ ਬਖਸ਼ ਸੌਦਾ ਕੀਤਾ, ਇਹ ਦੁਨੀਆ ਦੇ ਸੌਦੇ ਕੀ ਹੈ, ਸ਼ਾਬਾਸ਼ ਤੂੰ ਰੱਬ ਦੇ ਹੱਥ ਵਿੱਚ। ਇਸ ਪਾਰੋਂ ਇਹ ਰਮਜ਼ਾਨ ਮੁਬਾਰਕ ਬਿਲਕੁਲ ਰਸੂਲ ਸਿਰਫ ਇੰਝ ਹੁੰਦਾ ਸੀ ਵੀ ਜਿਵੇਂ ਕੋਈ ਮਹਿਮਾਨ ਆ ਰਿਹਾ ਤਾਂ ਉਹਦਾ ਇਸਤਕਬਾਲ, ਇੰਨਾ ਤਿਆਰ ਹੋ ਜਾਓ, ਆਪਣੇ ਨਾਸ਼ਤਾ ਕਰੋ, ਹੁਣ ਤੋਂ ਹੀ ਕਿਤਾਬਾਂ ਦੁਆਵਾਂ ਦੀਆਂ ਕੋਲ ਇਕੱਠੀਆਂ ਕਰੋ, ਕੁਰਾਨ ਮਜੀਦ ਤਰਜਮੇ ਦਾ ਹਾਸਲ ਕਰੋ, ਤਿਆਰੀ ਕਰ ਲਓ ਕਿ ਰਮਜ਼ਾਨ ਸ਼ਰੀਫ 'ਚ ਇੱਕ ਵਾਰੀ ਪੂਰਾ ਕੁਰਾਨ ਤਰਜਮੇ ਨਾਲ ਤਫਸੀਰ ਨਾਲ ਪੜ੍ਹਨਾ, ਨਵਾਫਿਲ ਜਿਹੜੇ ਉਹਦੀ ਪਾਬੰਦੀ ਕਰਨੀ ਹੈ, ਅੱਗੇ ਪਿੱਛੇ ਜੇ ਸੁਸਤੀਆਂ ਹੋਈਆਂ ਇਸ ਮਹੀਨੇ 'ਚ ਸੁਨਤਾਂ ਔਰ ਨਫਲ ਜਿਹੜੇ ਬਿਲਕੁਲ ਸ਼ੌਕ ਨਾਲ ਪੜ੍ਹਨੇ, ਔਰ ਖੈਰਾਤ ਕਰਨੀ ਹੈ।
خلق خدا دی جنی مدد ہو سکے وہ کرنی ہے، تو انشاءاللہ پھر ماہ مبارک واقعی مبارک ہی خیر اور برکت لے کے آنا، تو یہ نہ ہوئے بھی جائے تو غمگین جائے اور افسوس کردہ جائے تو کسے میں نہیں پوچھا، میرا کسے استقبال نہیں کیتا، انہاں مسلمانہ میری کوئی خبر نہیں لئی، اس مہمان نو غمگین نہیں جانا چاہیے، خوش ہو کے جانا چاہیے، میری دعا اپنے رب اگے کہ اللہ مینوں اور تہانوں وہ شوق تے پیار دے اس مہینے نا جڑا اللہ دے رسول سی صحابہ کرام اور نیک لوگاں سی، اسی اس مہینے دا ایک لمحہ ضائع نہ کریے، امام زین العابدین علیہ السلام دا اوندا فرمایا اسی انہاں نو ویکھیا کہ یا استغفار پڑھ رہا ہے یا درود شریف پڑھ رہا ہے یا نفل پڑھ رہا ہے یا قرآن پڑھ رہا ہے، ایک کڑی بھی نہیں سیاں دا یار مہینہ بعد شاید نصیب ہوے نہ ہوے، اگلے سال اے زمانہ آوے یا اس تو پہلے اسی اٹھ جائیے، اس لیے فکر مند ہو جاؤ، تیاری کرو، زکات اپنی جڑی اوندا بھی حساب کرو، تو احساس دے بھی نہ بہ رہا کرو، ایویں جڑے مسئلے نے رمضان کی دینی ہے جی ہوں بھی کوئی مردہ نظر آئے وہ مدد کر دیا کرو، اللہ تعالیٰ توفیق دے، تے غریب کی مدد اللہ دے ہاں سارے نیک کماں تو وڈا عمل ہے، اللہ غنی ہے انہوں ضرورت نہیں مگر وہ بندے کی جو خبر لے جاتی ہے، اللہ دے رسول اللہ علیہ السلام کی حدیث پاک دلوں سے لکھ چھو کہ جدوں کسی مسلمان کا دل کوئی بندہ خوش کرتا مینوں خوش کرتا اور جڑا مینوں خوش کرتا فرمایا اللہ نو خوش کرتا، کوئی غریب مسلمان آئے سامنے سمجھا کرو اے رسول اللہ کا بچہ اے حضور دا کلمہ پڑھا انہوں خالی نہ موڑیا کرو، تو ان شاء اللہ تھی فکر نہ کرو فیخلف سورہ روم چاہتا دیو گے نا تو میں وہی جگہ تے تمہوں ہور دے ہی جانا، فکر مند نہ ہوئے ہو، رسول کریم علیہ السلام کئی بار آخیا بلال انفک دے ہی جا ولا تخشا من ذل عرش اقلالا، اے وہم بھی نہ کریں کہ عرش والا جڑا انہیں کسی پچھوں روک دینا دینا جائے گا تو آدھا جانا، تو جی روکے گا نا تو انہیں آخر چنگا روک لا، پھر کسی دن وہ ڈاکہ پینا بندہ جوڑے پڑی پڑی تو رام راوے کپا روندا ہی رہ جانا بھی یار ڈاکو ٹوٹ کے لے گئے فائدہ کی ہونا، دے ہی جا رب دے نام سے آدھا جاؤ گا تو جی ڈاکو لے بھی جان گے حرامی تیرا کھاتے محفوظ اتنے کسی ڈاکو نہیں لٹنا، واخر دعوانا الحمدللہ رب العالمین وصلی اللہ تعالی علی خیر خلقی محمد و آلہ و اصحاب اجمعین، بالکل دے دیو نا اللہ اکبر جزاکم اللہ بسم اللہ اللہ اکبر الحمدللہ وسلام علی عباد الذین اصطفى اما بعد، پچھلے جمعے بھی حاجی صاحب دے دسم دے مطابق اعلان کیتا سی بے باپ ماں دونوں فوت ہو گئے تو گیارہ بچیاں رہ گئیں، وہ جی اعلان کیتا تو پھر 8000 حاجی صاحب دسیا ہویا، حالانکہ میں کیا گھٹ تو گھٹ 50000 سے ہو جانا چاہیے، حالانکہ 50000 بھی 11 بچیاں نہیں کوئی شاید نہیں، مگر 8000 دینا ہوا جب اللہ قبول فرمایا تو ہوں چارہ کرو بیٹھے ہے گئے جو دیو تو نہیں کر دیو، کیونکہ ہر جمعے یہ اعلان ہوتا رہے تو میرے تالی کوئی نہ اچھا کام نہیں کر دیو اس قسم میں پورا ہے، اللہ تعالیٰ توفیق دے تو 50000 جڑا نے انہوں کر دیو اللہ تعالیٰ اجر دے قبول فرمائے، وہ بچیاں کسی ہور دیاں بچیاں نہیں میری تہاڈیاں اپنی بھنا سمجھو بیٹیاں سمجھو، وہ ماں باپ جڑے فوت ہو چکے ہیں انہوں نے روحاں بھی ٹھنڈا کرو، بھی مسلمان مر نہیں گئے پچھو یار ساڈے ہیگے بھرا جنہوں نے سنبھال لیا ساری بچیاں نو، اللہ اجر دے تے کم کرنا دے ہن کر دیو جے نہیں تے وعدہ پورا کرو، اللہ تعالیٰ توفیق دے تہاڈے مال اولاد برکت دے، اے بچی واسطے کیا بھی وہ بعد دعا کرنی سر دی ان شاء اللہ وہ جڑی بھی ہور جڑے بیمار وہ واسطے، اے مولانا فقیر اللہ صاحب دا انہوں نے لکھا کہ تحصیل الباری بخاری شریف کا ترجمہ شرح تاریخ دعوت عظیم الختم نبوت یہ ساری چیزاں کو موجود ہے، یہ تحصیل الباری بھی کیونکہ قرآن پاک تو بعد تو یہ جانتے جی صحیح بخاری تو وڈی پھر مسلمانوں ہور معتبر کتاب کوئی نہیں، قرآن پاک تو بعد یہ درجہ تو اے مولانا وحید الرحمان رحمۃ اللہ علیہ نے وہ ترجمہ مختصر حاشیے دیتے ہیں ساریاں پچھلیاں کا نچوڑ کر کے وہ جی مولوی صاحب لے آئے تو تحصیل الباری لے لو، بالکل اس تحفے کو گم نہ کرو، قرآن دے نال نال صحیح بخاری شریف بھی پڑھو کیونکہ قرآن بھی صحیح شرح ہوئی ہے جی اللہ دے رسول نے کی اس تو الگ جو سوچتا غلط، تو اللہ توفیق ساریاں کتاباں تاریخ دعوت عظیمت بھی
1100 سال جڑے لوگ دین نو زندہ کرنے والے اٹھے انہاں دی سید ابو الحسن نے تاریخ لکھی ہے، بالکل بھی ایمان تازہ کر دی گلاں سنیا جڑی نے گلاں ہو رہا ہے جو کرن والے ویکھیے نا کہ لوگاں کم کیتے ہیں، یہ ایویں گلاں نہیں لوگ کر کے گئے دنیا چوں، انہاں دے تذکرے اور واقعات بندے نو ہلا دیندے کہ تیری طرح دے سی جنہاں نے ساریاں نیکیاں کیتیاں، تو تاریخ داب تو عظیم دی اور ختم نبوت دی بہت اعلیٰ کتاب ہے مفتی احمد شفیع رحمۃ اللہ علیہ جی، کیونکہ عیسائی اور قادیانی دونوں انہوں نے اپنی سازشاں لگے ہیں، لوگ بھکھے مردے نہ لالچ دے دو کے نا عیسائی بنائیے یا مرزائی بنائیے، کئی بیچارے ہندے بھی جانے بچے اللہ بنا دے، تو کتاباں تین ہی بہت اچھی رالا ایران دے اس منگل دے بارے یعنی 5 تاریخ ستمبر کہ گوکھو وال حکیم غلام مصطفیٰ مرحوم کے گھر کے سامنے گوکھو وال مین روڈ فیصل آباد اتنے جلسہ عام ہو رہا 7:15 بجے اور میرا ہی خطاب انیس الرحمان نے رکھا ہے جو وارث سی اللہ تعالیٰ جنت الفردوس جگہ دے، لوگوں کو پتا کہ جماعت اسلامی دفتر جی ظالم نے رات دے وقت انہوں نے شہید کر دیتا اور پیسے بھی لٹ کے لے گئے، تو یہ انہوں نے بچے انیس اللہ تعالیٰ انہوں نے صبر دی توفیق دے، تو انہوں نے یہ جلسہ رکھا 7:15 بجے شروع ہونا ہے ان شاء اللہ 5 تاریخ ستمبر دی نو گوکھو وال، اور وقت بہت اچھا رکھا کہ 5 منٹ خطبہ اور 5 منٹ سوال جواب لی 5 منٹ دعا لی، بالکل یہ ہونا چاہیے، میں لوگوں کا سر بھی نہیں کھانا چاہیے، گل تو تھوڑی بندہ سمجھا سکتا، تو یہ جی کوشش کرو کہ اتنے پہنچو، اللہ تعالیٰ یہ والد مرحوم بھی جنت چالا درجہ دے اور انہوں بھی دین کی خدمت کی توفیق دے، پورا خاندان ماشاء اللہ دین کا خادم ہے، اور 5 ستمبر منگل کا دن یہ جڑا آ رہا ہے 7:15 بجے، پرسوں ان شاء اللہ اتوار کے دن تحریک اسلامی کا اجتماع پرسوں بروز اتوار وقت 9 بجے شروع ہوگا، احباب سے شرکت کی اپیل ہے مسجد کی 9 بجے، تو آ جایا کرو وقت کٹ کے ہورا کمانی بھی ادھر ادھر دوڑے پھر دے بندے دین لی گھنٹہ سوا گھنٹہ آ کے بہ جایا کرو 15 دنی، اللہ توفیق دے قبول فرمائے، اللہم صل علی سیدنا و نبینا و مولانا محمد و علیہ و صحابہ و بارک وسلم، اللهم انصر الاسلام والمسلمين واخذل الكفرة والمشركين، اللهم اغفر للمؤمنين والمؤمنات والمسلمين والمسلمات الاحياء من والاموات، ان الله يامر بالعدل والاحسان وايتاء ذي القربى وينهى عن الفحشاء والمنكر والبغي يعظكم لعلكم